ਅਵਗੁਣਾ ਕੀ ਜਿਹੜੀ ਗੰਢੜੀ ਸੀ ਉਹਨੂੰ ਤੂੰ ਆਪਣੇ ਪੱਲੇ ਬੰਨ ਲਿਆ ਹੈ ਤੇ ਪਾਤਸ਼ਾਹ ਬਚਨ ਕਰ ਰਹੇ ਸੀਗੇ ਨਾਨਕ ਸੁੱਤੀ ਪਈ ਹੈ ਜਾਣ ਵਿਰਤੀ ਸਨ ਗੁਣਾ ਗਵਾਈ ਗੰਢੜੀ ਅਵਗਣ ਚੱਲੇ ਬੰਨ ਸੰਸਾਰ ਤੇ ਆਈ ਨਹੀਂ ਸੀ ਕੁਝ ਗ੍ਰਹਿਣ ਕਰਨ ਵਾਸਤੇ ਪਰ ਅਵਗਣਾ ਦੀ ਗੰਢੜੀ ਬੰਨ ਕੇ ਮਨੁੱਖ ਸੰਸਾਰ ਤੋਂ ਚਲਿਆ ਜਾਂਦਾ ਤੇ ਗੁਰਬਾਣੀ ਦਾ ਬਚਨ ਆਸਾ ਦੀ ਵਾਰ ਦਾ ਆਪਾਂ ਸੁਣਦੇ ਹਾਂ ਪਾਤਸ਼ਾਹ ਜੀ ਦਾ ਬਚਨ ਆਉਂਦਾ ਹੈ ਕਿ ਭਾਈ ਜਿਹੜਾ ਮਨੁੱਖ ਸੰਸਾਰ ਲਈ ਆਏ ਤੇਰੇ ਅੰਗਦ ਗੁਰ ਦੇ ਅਮਰਦਾਸ ਰਾਮਦਾਸ ਹੋਈ ਸਹਾਇ ਅੰਗਦ ਹਰਿ ਗੋਬਿੰਦ ਨੂੰ ਸਿਮਰਾਉ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਮ ਲਿਆਵੈ ਤਾਏ ਸਭ ਤਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਧਰ ਵਲੋ ਜੀ ਵਾਹਿਗੁਰੂ ਵਾਹਿਗੁਰੂ ਜੀ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛਕਿਆ ਦੇਖ ਚਲਾਈ ਦੇਖ ਵਾਹੀ ਦੇਖ ਕੇ ਠੇਠ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਮਹਾਂਪੁਰਖਾਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਤਰਵਹੇਤ ਸੀਸ ਦਿੱਤੇ ਬੰਦ ਬੰਦ ਕਢੋ ਗੁਰਤਾ ਗੱਦੀ ਤੇ ਬਿਰਾਜਮਾਨ ਚਬਰ ਛਤਰ ਤਖਤਾਂ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਕੇ ਮੁਬਾਰਕ ਚਰਨਾ ਕਮਲਾਂ ਵਿਖੇ ਅਰਦਾਸ ਬੇਨਤੀ ਹੈ ਜੀ ਆਪ ਜੀਆਂ ਦੇ ਦਰ ਘਰ ਦੇ ਪ੍ਰੀਤਵਾਨ ਭਾਈ ਸਾਹਿਬ ਭਾਈ ਬਲਕਾਰ ਸਿੰਘ ਜੀ ਜੋ ਪਿਛਲੇ ਸਮੇਂ ਆਪ ਜੀ ਦੇ ਬਖਸ਼ੇ ਹੋਏ ਸਵਾਸਿਆਂ ਨੂੰ ਭੋਗਦਿਆਂ ਪਰਲੋਕ ਅਮਨ ਕਰ ਚੁੱਕੇ ਸਨ ਤਿਹਨਾਂ ਦੀ ਰੂਹ ਦੀ ਕਲਿਆਣਤਾ ਵਾਸਤੇ ਗੁਰੂ ਕੀ ਬਾਣੀ ਦੇ ਸਹਿਜ ਪਾਠ ਤਿਹਨਾਂ ਦੇ ਗ੍ਰਹਿ ਵਿਖੇ ਆਪ ਜੀ ਦੀਆਂ ਦਿੱਤੀਆਂ ਦਾਤਾਂ ਦੇ ਵਿੱਚੋਂ ਕਰਵਾਏ ਗਏ ਸੀ ਉਪਰੰਤ ਕਥਾ ਕੀਰਤਨ ਦੇ ਦੀਵਾਨ ਮਹਾਂਪੁਰਖਾਂ ਦੇ ਸਥਾਨਾਂ ਦੇ ਸੱਜੇ ਨੇ ਆਪ ਜੀ ਨੇ ਦਇਆ ਕੀਤੀ ਖੁੱਲ੍ਹੇ ਦੀਵਾਨਾਂ ਦੇ ਵਿੱਚ ਪ੍ਰਕਾਸ਼ਮਾਨ ਹੋਏ ਇਸ ਸੋਗਮਈ ਸਮਾਗਮ ਦੇ ਅੰਦਰ ਕਥਾ ਕੀਰਤਨ ਦੇ ਸਮਾਗਮ ਹੋਏ ਨੇ ਮਹਾਰਾਜ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸਭ ਦੀਆਂ ਹਾਜ਼ਰੀਆਂ ਦਾ ਪ੍ਰਵਾਨ ਕਰਿਓ ਚੱਲੇ ਕਦਮ ਲੇਖੇ ਲਾਇਓ ਪੜ੍ਹੀ ਸੁਣੀ ਗੁਰਬਾਣੀ ਦੇ ਲਾਏ ਭਾਈ ਸਾਹਿਬ ਦੀ ਆਤਮਾ ਨੂੰ ਬਖਸ਼ਿਸ਼ ਕਰਦਿਆਂ ਹੋਇਆਂ ਆਪ ਜੀ ਨੇ ਟੇਡੀਆਂ ਮੇਡੀਆਂ ਜੂਨਾਂ ਤੋਂ ਬਚਾਉਣਾ ਇਸ ਸੰਸਾਰ ਦੇ ਅੰਦਰ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਦੇ ਮਹਾਂਵਾਕਾਂ ਅਨੁਸਾਰ ਆਪ ਜੀ ਨੇ ਆਪਣੇ ਚਰਨਾਂ ਦਾ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਮਹਾਰਾਜ ਦਇਆ ਕਰੋ ਜੀ ਆਪ ਜੀ ਦੇ ਹਜ਼ੂਰ ਗੁਰੂ
ਸੁਖੀ ਦੇ ਸਾਜ ਹਾਜ਼ਰ ਹੋਈ। ਕਰੀ ਪਾਤਸ਼ਾਹ ਸੋਜ ਪਵਿੱਤਰ ਹੋਣ ਲਾਭ ਭੋਗ ਹਰ ਰਾਏ ਲੱਗੇ ਭੋਗ ਸੰਗਤਾਂ ਵਿੱਚ ਵਰਤਣ ਪਾਵਨ ਪਵਿੱਤਰ ਸ਼੍ਰੀ ਮੁਖ ਵਾਕ ਬਖਸ਼ ਕੇ ਨਿਹਾਲ ਕਰੋ ਜੀ। ਰਹਿੰਦੇ ਸਮਾਗਮ ਨਿਰਵਿਘਨ ਤਾਂ ਸਹਿਜ ਆਪ ਜੀ ਸੰਪੂਰਨ ਕਰਿਓ। ਸੇ ਗੁਰਮੁਖ ਮੇਲੜੇ ਜਿੰਨਾ ਮਿਲਿਆ ਜੀ ਦਾ ਨਾਮ ਚੇਤਿਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਪੰਜਵਾਂ ਘਰ ਤੀਜਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਪੁਰਖ ਪ੍ਰਭ ਪਾਇਆ ਰਿਸ਼ਤੇਦਾਰ ਮਿੱਤਰ ਭੈਣ ਭਰਾ ਤੋਂ ਦੂਰੋਂ ਨੇੜਿਓ ਚੱਲ ਕੇ ਆਏ ਸਾਰੇ ਸਕੇ ਸੰਬੰਧੀਆਂ ਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ। ਉਹਨਾਂ ਦਾ ਇੱਕ ਇੱਕ ਕਦਮ ਸਾਡੇ ਸਿਰ ਮੱਤੇ ਸਾਡੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਆਏ ਹੋ। ਜ਼ਿਆਦਾ ਟਾਈਮ ਨਹੀਂ ਲਵਾਂਗਾ, ਸੰਗਤ ਨੂੰ ਦੱਸਿਆ ਇੱਕ ਬੁਲਾਰੀ ਸਤਨਾਮ ਸਿੰਘ ਪੰਨੂ ਜੀ ਜਿਹੜੇ ਕਿਸਾਨ ਸੰਘਰਸ਼ ਕਮੇਟੀ ਤੋਂ ਪੰਜਾਬ ਦੇ ਪ੍ਰਧਾਨ ਨੇ, ਜਿਹੜੀ ਜਥੇਬੰਦੀ ਵਿੱਚ ਚਾਚਾ ਜੀ ਸਰਦਾਰ ਬਲਕਾਰ ਸਿੰਘ ਜੀ ਨੇ ਕਾਫੀ ਕੰਮ ਕੀਤਾ ਹੈ, ਸੰਘਰਸ਼ ਕੀਤਾ, ਉਹਨਾਂ ਦੇ ਨਾਲ ਸਾਥ ਦਿੱਤਾ, ਉਹ ਆਪਾਂ ਨੂੰ ਸੰਬੋਧਨ ਕਰਨਗੇ। ਉਸ ਤੋਂ ਪਹਿਲਾਂ ਮੈਂ 2 ਮਿੰਟ ਲਵਾਂਗਾ। ਸਾਡਾ ਪਰਿਵਾਰ ਅਸੀਂ ਚੰਦਾ ਸਿੰਘ ਵੱਲ ਸਾਰੀ ਸਾਫ ਸਫਾਈ ਪਾਈ ਅੱਜ ਆਪਾਂ ਸਰਦਾਰ ਬਲਕਾਰ ਸਿੰਘ ਜਿਸ ਪਿੰਡ ਦੇ ਸਾਬਕਾ ਸਰਪੰਚ ਮਿਲੇ ਹਨ ਉਹਨਾਂ ਦੀ ਅੰਤਮ ਉਦਾਹਰ ਦੇ ਵਿੱਚ ਸ਼ਾਮਲ ਹੋਏ ਹਾਂ। ਜੋ ਪਿਛਲੇ ਦਿਨੀ ਥੋੜ੍ਹੀ ਸੰਖੇ ਬਿਮਾਰੀ ਵੱਲ ਪਿੱਛੋਂ ਸਾਨੂੰ ਸਕੀਮ ਵਿਛੋੜਾ ਦੇਣੇ ਚੱਲ ਗਏ, ਜੋ ਵੀ ਪ੍ਰਣਾਲੀ ਇਸ ਸੰਸਾਰ ਵਿੱਚ ਆਉਂਦੀ ਹੈ ਉਹ ਇੱਥੋਂ ਜਾਣਾ ਜਿਹੜਾ ਦੁਨੀਆਂ ਤੋਂ ਜਾਣਾ ਹਰ ਇੱਕ ਨਹੀਂ ਉਹ ਦਸਤੂਰ ਹੈ ਕੁਦਰਤ। ਜੋ ਵੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਪਰ ਜਿਹੜਾ ਕੰਮ ਨੌਜਵਾਨ ਮਨੁੱਖ ਕਰ ਸਕਦਾ ਹੈ ਉਹ ਕਾਰਜ ਹੁਣ ਨੌਜਵਾਨ ਦੀਆਂ ਅੱਖਾਂ ਦੀ ਨਿਗਾਹ ਨੌਜਵਾਨ ਦੇ ਉਹ ਜਦੋਂ ਬਜ਼ੁਰਗ ਅਵਸਥਾ ਆ ਜਾਂਦੀ ਹੈ। ਪਿੱਛੇ ਵੀ ਆਪਾਂ ਬਚਨ ਸਰਵਣ ਕੀਤੇ ਸੀ ਸੋਗਮਈ ਸਮਾਗਮ ਦੇ ਵਿੱਚ ਬ੍ਰਹਮ ਗਿਆਨੀ ਮਹਾਂਪੁਰਖਾਂ ਦੇ ਬਚਨ ਆਉਂਦੇ ਨੇ ਨੈਨੋ ਨੀਰ ਬਹਿ ਤਨ ਕੀਨਾ ਭਏ ਕੇਸ ਦੁੱਧ ਵਾਨੀ ਰੂਦਾ ਸ਼ਬਦ ਕੰਠ ਨਹੀਂ ਉਚਰੇ ਅਬ ਕਿਆ ਕਰੇ ਪ੍ਰਾਣੀ। ਉਹ ਜਿਹੜੀਆਂ ਅੱਖੜੀਆਂ ਉਹ ਜਿਹੜੇ ਕੰਨ ਉਹ ਜਿਹੜੀ ਰਸਨਾ ਜ਼ਬਾਨ ਮਨੁੱਖ ਦਾ ਜਵਾਨੀ ਵੇਲੇ ਸਾਥ ਦੇ ਸਕਦੀ ਹੈ ਉਹ ਵਡੇਪੇ ਦੇ ਵਿੱਚ ਜਾ ਕੇ ਸਾਥ ਨਹੀਂ ਦਿੰਦੀ, ਫਰਕ ਪੈ ਜਾਂਦਾ ਹੈ। ਤੇ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ ਭਾਈ ਹੁਣ ਵੇਲਾ ਹੈ, ਇਸ ਕਰਕੇ ਮਹਾਰਾਜ ਦਾ ਬਚਨ ਕੀ ਰੰਗ ਮਾਣ ਲੈ ਪਿਆਰਿਆ ਜਾਂ ਜੋਗਰ ਨਾ ਭੁੱਲਾ। ਪਾਤਸ਼ਾਹ ਨੂੰ ਬੇਨਤੀ ਹੋਈ ਕਿ ਜੇ ਜੋਗਰ ਵੇਲੇ ਜਵਾਨੀ ਵੇਲੇ ਪਰਮਾਤਮਾ ਦਾ ਨਾਮ ਮਨੁੱਖ ਦੇ ਕੋਲੋਂ ਨਾ ਸਿਮਰਿਆ ਜਾਵੇ ਤੇ ਫਿਰ ਤੁਸੀਂ ਕੋਈ ਡੰਡ ਦਿਓਗੇ, ਕੋਈ ਸਜ਼ਾ ਦਿਓਗੇ, ਕੋਈ ਕਾਨੂੰਨ ਵਰਤੋਗੇ ਸਾਡੇ ਉੱਪਰ ਜੇ ਇਹ ਕਾਰਜ ਅਸੀਂ ਨਾ ਕਰਾਂਗੇ। ਜਵਾਨੀ ਵੇਲਾ ਸਾਡੀ ਮਰਜ਼ੀ ਹੈ ਜਿਵੇਂ ਪਾਤਸ਼ਾਹ ਜੀ ਮਰਜ਼ੀ ਲੰਘਾਈਏ। ਤੇ ਪਾਤਸ਼ਾਹ ਜੀ ਕਹਿੰਦੇ ਭਾਈ ਸਾਡਾ ਤੇ ਕਹਿਣ ਤੱਕ ਫਰਜ਼ ਹੈ, ਮੰਨਣਾ ਮਨੁੱਖ ਦਾ ਕਾਰਜ ਹੈ। ਤੇ ਪਾਤਸ਼ਾਹ ਨੇ ਆਖਿਆ ਭਰਿਆ ਦਿਨ ਥੋੜੇ ਥੱਕੇ ਭਇਆ ਪੁਰਾਣਾ ਚੋਲਾ। ਇਹ ਚੋਲਾ ਕਹਿੰਦੇ ਨੇ ਸਰੀਰ ਨੂੰ, ਮਹਾਰਾਜ ਕਹਿੰਦੇ ਥੋੜੇ ਦੇਣੀ ਨੇ ਇਹ ਜਿਹੜਾ ਨਵਾਂ ਤੇਰਾ ਸਰੀਰ ਰੂਪ ਕੱਪੜਾ ਹੈ ਇਸ ਨੇ ਮਹਾਰਾਜ ਕਹਿੰਦੇ ਦਿਨ ਥੋੜੇ, ਇਹ ਥੋੜੇ ਹੀ ਦਿਨ ਰਵੇਗਾ ਥੱਕੇ ਨੇ ਥੱਕ ਜਾਣਾ ਹੈ। ਕੋਈ ਵੀ ਕਾਰਜ ਆਪਾਂ ਕਰਦੇ ਹਾਂ ਉਹ ਕਾਰਜ ਕਰਦਿਆਂ ਕਰਦਿਆਂ ਸਰੀਰ ਨੂੰ ਥਕਾਵਟ ਆਉਂਦੀ ਹੈ। ਕੋਈ ਲੀੜਾ ਕੱਪੜਾ ਬਸਤਰ ਨਵਾਂ ਮਨੁੱਖ ਸਵਾਉਂਦਾ ਹੈ ਉਹਦੀ ਵੀ ਕੋਈ ਬੁਨਿਆਦ ਹੁੰਦੀ ਹੈ, ਉਹ ਬੁਨਿਆਦ ਪੁੱਗ ਜਾਵੇ ਤੇ ਉਸ ਦੀਆਂ ਕਤਰਾਂ ਹੋ ਜਾਂਦੀਆਂ ਨੇ। ਤੇ ਪਾਤਸ਼ਾਹ ਜੀ ਕਹਿੰਦੇ ਇਸੇ ਤਰੀਕੇ ਦੇ ਨਾਲ ਭਰਿਆ ਦਿਨ ਥੋੜੇ, ਦਿਨ ਥੋੜੇ ਨੇ ਮਨੁੱਖਾਂ ਤੇਰੇ ਜਨਮ ਨੇ, ਇਸ ਵਾਸਤੇ ਭਇਆ ਪੁਰਾਣਾ ਚੋਲਾ। ਇਹ ਸਰੀਰ ਰੂਪ ਜਿਹੜਾ ਚੋਲਾ ਹੈ ਮਨੁੱਖ ਦਾ ਇੱਕ ਨਾ ਇੱਕ ਦਿਨ ਪੁਰਾਣਾ ਹੋ ਜਾਣਾ ਹੈ। ਤੇ ਪੁਰਾਣੀਆਂ ਚੀਜ਼ਾਂ ਦੀ ਬੇਕਦਰੀ ਹੁੰਦੀ ਆਪਾਂ ਜਿੰਨੇ ਵੀ ਇੱਥੇ ਮਹਾਂਪੁਰਖਾਂ ਦੇ ਸਥਾਨਾਂ ਦੇ ਪਹੁੰਚੇ ਸਭ ਨੂੰ ਪਤਾ ਹੈ ਜਵਾਨੀ ਵੇਲੇ ਦਾ ਮਾਂ ਪਿਓ ਜਦੋਂ ਬੁਢੇਪੇ ਦੇ ਵਿੱਚ ਚਲਿਆ ਜਾਂਦਾ ਤੇ ਉਹਨਾਂ ਦੀ ਵੀ ਬੇਕਦਰੀ ਹੋ ਜਾਂਦੀ ਜੀ। ਕੋਈ ਬੱਚਾ ਕੋਈ ਬੱਚੀ ਸਿਆਣੀ ਹੋਵੇ ਤੇ ਬਜ਼ੁਰਗ ਮਾਂ ਪਿਓ ਦੀ ਉਹ ਸੇਵਾ ਕਰਦੇ ਨੇ, ਨਹੀਂ ਤੇ ਭਗਤ ਕਬੀਰ ਸਾਹਿਬ ਦੇ ਬਚਨ ਆਪਾਂ ਸਵੇਰੇ ਕਥਾ 'ਚ ਵੀ ਸੁਣੇ ਸੀ, ਕਬੀਰ ਭਗਤ ਫਰੀਦ ਸਾਹਿਬ ਦੇ ਸਲੋਕ ਸੁਣੇ ਸੀ, ਫਰੀਦਾ ਮੈਂ ਜਾਣਿਆ ਦੁੱਖ ਮੁਝਕੋ ਦੁੱਖ ਸਵਾਇਆ ਜਗ ਉਜੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹਾ ਆਗ। ਉਹਨਾਂ ਮਹਾਂਪੁਰਖਾਂ ਦੀ ਦੁਖੀ ਜਿਨ੍ਹਾਂ ਨੂੰ ਔਲਾਦ ਦਿੱਤੀ ਹੈ ਉਹਨਾਂ ਦੇ ਵਾਕੀ ਨਹੀਂ ਲੱਗਦੇ, ਉਹ ਵੀ ਮਨੁੱਖ ਦੁਖੀ ਤੇ ਬਾਬੇ ਨਾਨਕ ਨੇ ਗਾਲੀ ਨਖੇੜੀ ਨਾਨਕ ਦੁਖਿਆ ਸਭ ਸੰਸਾਰ ਕਹਿੰਦੇ ਕੋਈ ਸੁਖੀ ਨਹੀਂ। ਇੱਥੇ ਜਦੋਂ ਕਥਾ ਵਿਚਾਰਾ ਕਰੀਏ ਮਹਾਂਪੁਰਖਾਂ ਦੇ ਸਥਾਨਾਂ 'ਤੇ ਤੇ ਸੰਗਤਾਂ ਜਦੋਂ ਪਰਿਕਰਮਾ ਕਰਦੀਆਂ ਨੇ ਨਾ ਤੇ ਜਿਹੜੇ ਬਜ਼ੁਰਗ ਨੇ ਜਾਂ ਬਜ਼ੁਰਗ ਮਾਤਾਵਾਂ ਨੇ ਉਹ ਆਪਣਾ ਭਲਾ ਨਹੀਂ ਮੰਗਦੀਆਂ, ਉਹ ਸਿਰਫ ਇਹੋ ਹੀ ਬੇਨਤੀਆਂ ਕਰੀ ਜਾਣਗੀਆਂ ਨਾਲੇ ਪਰਿਕਰਮਾ ਕਰਦੀਆਂ, ਮਹਾਰਾਜ ਸੁੱਖ ਰੱਖਿਓ ਪਰਿਵਾਰਕ ਮੈਂਬਰਾਂ ਦੀ ਚੜ੍ਹਦੀ ਕਲਾ ਕਰਿਓ ਬੱਚੀ ਬੱਚਿਆਂ ਨੂੰ ਸੁੱਖ ਦਿਓ, ਇਹੋ ਹੀ ਬੇਨਤੀਆਂ ਕਰਦੀਆਂ ਨੇ। ਤੇ ਪਾਤਸ਼ਾਹ ਮਹਾਰਾਜ ਦੇ ਬਚਨ ਹੋਏ। ਹੁਣ ਉਹ ਮਨੁੱਖ ਤੇ ਦੁਖੀ ਹੈ ਜਿਹਨੇ ਬੱਚੇ ਪੜ੍ਹਾਏ ਨੌਕਰੀ ਨਹੀਂ ਮਿਲ ਰਹੀ,
ਤੇ ਦੂਸਰੇ ਬੰਨੇ ਇੱਕ ਦੁਖੀ ਹੈ ਕਿ ਨੌਕਰੀ ਮਿਲੀ ਪਰ ਮਿਲੀ ਬੜੀ ਦੂਰ ਹੈ, ਉਹਦੀ ਜਿਹੜੀ ਨੇੜੇ ਆਣ ਕੇ ਬਦਲੀ ਹੋ ਜਾਵੇ। ਤੇ ਬਾਬੇ ਨਾਨਕ ਨੇ ਗੱਲ ਹੀ ਨਿਬੇੜੀ ਕਿ ਕਿਸੇ ਨਾ ਕਿਸੇ ਬੰਦੇ ਨੂੰ ਕੋਈ ਨਾ ਕੋਈ ਦੁੱਖ ਜ਼ਰੂਰ ਸੰਸਾਰ ਦੇ ਵਿੱਚ ਰਹਿੰਦਾ। ਇਸ ਲਈ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਬਚਨ ਸੁਣ ਰਹੇ ਸੀ ਤੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ, ਦਿਨ ਥੋੜੇ ਥੱਕੇ ਭਇਆ ਪੁਰਾਣਾ ਚੋਲਾ। ਇਹ ਜਿਹੜਾ ਸਰੀਰ ਰੂਪ ਚੋਲਾ ਹੈ ਇਸ ਨੇ ਪੁਰਾਣਾ ਹੋ ਜਾਣਾ ਹੈ, ਤੇ ਜਦੋਂ ਇਹ ਹੋ ਗਿਆ ਪੁਰਾਣਾ ਤੇ ਪੁਰਾਣੀ ਚੀਜ਼ ਦੀ ਬੇਕਦਰੀ ਹੁੰਦੀ ਹੈ, ਕੋਈ ਪੁਰਾਣੀ ਚੀਜ਼ ਨੂੰ ਸਾਂਭਦਾ। ਇਸ ਵਾਸਤੇ ਪਾਤਸ਼ਾਹ ਨੇ ਬਚਨ ਕੀਤੇ, ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਣ। ਜੀਰਾਣ ਕਹਿੰਦੇ ਨੇ ਕਬਰ ਸਥਾਨ, ਜਿਹੜੇ ਮੇਰੇ ਸੱਜਣ ਸੀ ਕਹਿੰਦੇ ਘੁਮਾਉਂਦੇ ਮੇਰੇ ਨਾਲ ਖੜਦੇ ਸੀ, ਜਿਨ੍ਹਾਂ ਨੂੰ ਲੋਕ ਆਪਣੀ ਖੱਬੀ ਬਾਂਹ ਔਰ ਸੱਜੇ ਬਾਂਹ ਕਿਆ ਕਰਦਾ ਸੀ, ਉਹ ਸੱਜਣ ਵੀ ਮੇਰੇ ਇਸ ਸੰਸਾਰ ਤੋਂ ਚਲੇ ਗਏ। ਆਪਾਂ ਬਚਨ ਗੁਰਬਾਣੀ ਦੇ ਕਈ ਵਾਰ ਸਾਂਝੇ ਕੀਤੇ ਨੇ, ਪਾਤਸ਼ਾਹ ਨੇ ਆਖਿਆ ਭਾਵੇਂ ਸੰਸਾਰ ਦੇ ਵਿੱਚ ਮਨੁੱਖ ਦੇ ਮਿੱਤਰ ਔਖੇ ਵੇਲੇ ਉਹਦੇ ਨਾਲ ਖੜ ਕੇ ਉਹਦਾ ਸਾਥ ਦਿੰਦੇ ਨੇ, ਪਰ ਪਾਤਸ਼ਾਹ ਕਹਿੰਦੇ ਉਹ ਮਿੱਤਰ ਤੇ ਇੱਥੇ ਰਹਿ ਜਾਂਦੇ ਨੇ। ਇਸ ਵਾਸਤੇ ਤੂੰ ਉਸ ਸੱਜਣ ਅਕਾਲ ਨੂੰ ਸਵਾਏ ਤੂੰ ਆਪਣਾ ਮਿੱਤਰ ਬਣਾ, ਜਿਹਨੇ ਅੱਗੇ ਦਰਗਾਹ ਦੇ ਵਿੱਚ ਜਾ ਕੇ ਵੀ ਜਿਹੜੇ ਸੰਸਾਰ ਦੇ ਮਨੁੱਖ ਤੇਰੀ ਮਿੱਤਰ ਬਣ ਕੇ ਸੁੱਖ ਦੁੱਖ ਵਿੱਚ ਸਹਾਇਤਾ ਕਰਦੇ ਨੇ, ਨਾਲ ਖੜਦੇ ਨੇ, ਇਸੇ ਤਰ੍ਹਾਂ ਅੱਗੇ ਪਰਮਾਤਮਾ ਵੀ ਤੇਰੇ ਨਾਲ ਖੜ ਸਕੇ। ਗੁਰਬਾਣੀ ਦੇ ਵਿੱਚ ਬਚਨ ਆਉਂਦੇ ਨੇ, ਦਰਗਾਹ ਦੇ ਵਿੱਚ ਜਾ ਕੇ ਵੀ ਤੇਰੇ ਨਾਲ ਖੜ ਕੇ ਤੇਰਾ ਸਾਥ ਦੇ ਸਕਣ। ਇਸ ਲਈ ਪਾਤਸ਼ਾਹ ਦੇ ਬਚਨ ਆ ਰਹੇ ਸੀ, ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਣ। ਜਿਹੜੀਆਂ ਮੇਰੀਆਂ ਸੱਜੀਆਂ ਖੱਬੀਆਂ ਬਾਹਾਂ ਸੀ ਉਹ ਵੀ ਕਬਰ ਸਥਾਨ ਦੇ ਵਿੱਚ ਚਲੇ ਗਈਆਂ। ਪਾਤਸ਼ਾਹ ਨੇ ਬਚਨ ਕੀਤਾ, ਹੰਗ ਵੀ ਵੰਜਾਂ ਡੂਬਣੀ ਰੋਵਾਂ ਛੀਨੀ ਬਾਣ। ਪਾਤਸ਼ਾਹ ਨੇ ਬਚਨ ਕੀਤਾ ਕਿ ਮੇਰੇ ਸੱਜਣ ਚਲੇ ਗਏ, ਮੈਂ ਉਹਨਾਂ ਵਿਲਾਪ ਕਰਦੀ ਹਾਂ ਤੇ ਹੰਪੀ ਦਾ ਭਾਵ ਮੈਂ। ਉਸ ਗੁਰਬਾਣੀ ਦੇ ਵਿੱਚ ਬਚਨ ਆਉਂਦੇ ਨੇ, ਸੱਦਣ ਉਹ ਜਿਹੜਾ ਸੱਦਾ ਹੈ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਵੱਲੋਂ ਹਰੇਕ ਮਨੁੱਖ ਨੂੰ ਆ ਜਾਂਦਾ ਹੈ। ਸੱਦੜੇ ਨਿੱਤ ਪਵਨ, ਉਹਨੂੰ ਹਰ ਰੋਜ਼ ਹੀ ਸੱਦਾ ਪੈਂਦਾ ਹੈ। ਤੇ ਜਦੋਂ ਇੱਕ ਦਿਨ ਸੱਦਾ ਪੈ ਗਿਆ ਤੇ ਪਾਤਸ਼ਾਹ ਕਹਿੰਦੇ ਭਾਈ ਉਸ ਨੂੰ ਵੀ ਜਾਣਾ ਪੈਣਾ ਹੈ, ਕੀ ਨਾ ਸੁਣੇ ਹੀ ਬੋਲੀਏ ਆਪਣ ਕੰਨੀ ਸੋਏ। ਪਾਤਸ਼ਾਹ ਨੇ ਬਚਨ ਕੀਤਾ, ਹੇ ਜੀਵ ਰੂਪ ਇਸਤਰੀਏ ਤੂੰ ਕਿਉਂ ਨਹੀਂ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਗੱਲ ਨੂੰ ਸੁਣਦੀ। ਆਪਾਂ ਸੰਸਾਰੀ ਹੈ ਸਾਰੇ, ਜਿਹੜੇ ਧਰਮ ਸੰਗਤ ਨੇ ਆਪਣੇ ਪਤੀ ਦਾ ਬਚਨ ਨਾ ਮੰਨੇ ਤੇ ਉਸ ਘਰ ਦੇ ਵਿੱਚ ਫਿੱਕ ਪੈ ਜਾਂਦਾ ਹੈ। ਤੇ ਪਾਤਸ਼ਾਹ ਜੀ ਕਹਿੰਦੇ ਮੈਂ ਤੇਰਾ ਪਤੀ ਹਾਂ, ਕਿਉਂਕਿ ਗੁਰਬਾਣੀ ਇਸ ਗੱਲ ਨੂੰ ਮੰਨਦੀ ਹੈ, ਏਕਾ ਪੁਰਖ ਸਵਾਈ ਨਾਰ ਬਹੁਤੇ ਵੇਸ ਕਰੇ ਕੂੜਿਆਰ। ਅਕਾਲ ਪੁਰਖ ਵਾਹਿਗੁਰੂ ਪੁਰਖ ਹੈ, ਬਾਕੀ ਸਾਰੀਆਂ ਜੀਵ ਰੂਪ ਇਸਤਰੀਆਂ ਨੇ, ਤੇ ਇਸਤਰੀ ਦਾ ਫਰਜ਼ ਬਣਦਾ ਆਪਣੇ ਧਰਮ ਸੰਪਤਨੀ ਦੇ ਬਚਨ ਨੂੰ ਮੰਨਣ ਦੀ। ਤੇ ਪਾਤਸ਼ਾਹ ਨੇ ਆਖਿਆ ਕੀ ਨਾ ਸੁਣੇ ਹੀ ਗੋਰੀਏ ਆਪਣ ਕੰਨੀ ਸੋਏ। ਇਹ ਜੀਵ ਰੂਪ ਇਸਤਰੀ ਤੂੰ ਆਪਣੇ ਪਤੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਬੋਲ ਨਹੀਂ ਸੁਣਦੀ,
ਜੇ ਸੁਣਦੀ ਵੀ ਹੈ ਤੇ ਉਹਨਾਂ ਨੂੰ ਇਧਰੋਂ ਸੁਣ ਕੇ ਦੂਸਰੇ ਬੰਦੇ ਕੱਢ ਦਿੰਦੀ ਹੈ। ਭਗਤ ਕਬੀਰ ਸਾਹਿਬ ਦਾ ਬਚਨ ਆਉਂਦਾ, ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗਈ, ਜਿਉ ਬਾਂਸ ਵਜਾਈਏ ਫੂਕ। ਉਹਨਾਂ ਮਹਾਂਪੁਰਖਾਂ ਬਚਨ ਕੀਤੇ, ਬਾਂਸ ਦੇ ਵਿੱਚ ਫੂਕ ਮਾਰੀਏ ਤੇ ਉਹ ਫੂਕ ਅਗਲੇ ਬੰਨੇ ਲੰਘ ਜਾਂਦੀ ਹੈ। ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ, ਹੇ ਮੇਰੀ ਧਰਮ ਸੁਪਤਨੀ ਜੀਵ ਰੂਪ ਇਸਤਰੀ, ਤੂੰ ਮੇਰੇ ਬਚਨ ਨਹੀਂ ਸੁਣਦੀ, ਤੇ ਜੇ ਤੂੰ ਸੁਣਦੀ ਵੀ ਹੈ ਇਧਰੋਂ ਸੁਣ ਕੇ ਤੇ ਦੂਸਰੇ ਬੰਨੇ ਕੱਢ ਦਿੰਦੀ ਹੈ। ਤੇ ਜਿਨ੍ਹਾਂ ਨੇ ਉਹਨਾਂ ਬਚਨਾਂ ਨੂੰ ਸੁਣਿਆ, ਅੱਜ ਦੇਖੋ ਉਹਨਾਂ ਮਹਾਂਪੁਰਖਾਂ ਦੇ ਡੇਰਿਆਂ ਦੇ ਰੌਣਕਾਂ ਲੱਗੀਆਂ ਪਈਆਂ ਨੇ। ਜਿਨ੍ਹਾਂ ਮਹਾਂਪੁਰਖਾਂ ਨੇ ਉਹਨਾਂ ਬਚਨਾਂ ਨੂੰ ਸੁਣਿਆ, ਅੱਗੇ ਨਹੀਂ ਕੱਢਿਆ। ਬਾਬਾ ਰਾਮ ਲਾਲ ਜੀ ਮਹਾਂਪੁਰਖ, ਕਈਆਂ ਨੇ ਦਰਸ਼ਨ ਕੀਤੇ ਨੇ, ਸੁਣੀ ਦਾ ਉਹਨਾਂ ਮਹਾਂਪੁਰਖਾਂ ਦਾ ਜੀਵਨ, ਉਹਨਾਂ ਇਹ ਬਚਨ ਸੁਣੇ ਪਰ ਅੱਗੇ ਨਹੀਂ ਜਾਣ ਦਿੰਦੇ, ਆਪਣੀ ਆਤਮਾ ਤੇ ਆਪਣੇ ਸਰੀਰ ਤੇ ਉਹਨਾਂ ਬਚਨਾਂ ਨੂੰ ਢਾਲਿਆ, ਕਮਾਈ ਕੀਤੀ, ਮਿਹਨਤ ਕੀਤੀ, ਗੁਰੂ ਨਾਨਕ ਦੇ ਬਚਨਾਂ ਦੇ ਚੱਲੇ ਕਿ ਜਿਨੀ ਨਾਮ ਤੇ ਆਇਆ ਗਏ ਮਸਕਤ ਘਾਲ, ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ। ਮਸ਼ਕਤਾਂ ਘਾਲ ਕੇ ਮਹਾਂਪੁਰਖ ਇਸ ਸੰਸਾਰ ਤੋਂ ਗਏ ਤੇ ਅੱਜ ਉਹਨਾਂ ਮਹਾਂਪੁਰਖਾਂ ਦੇ ਅਸਥਾਨਾਂ ਤੇ ਦੁਨੀਆਦਾਰ ਲੋਕ ਆਣ ਕੇ ਝੁਕਦੇ ਨੇ। ਇਸ ਲਈ ਪਾਤਸ਼ਾਹ ਜੀ ਦਾ ਬਚਨ ਹੋਇਆ, ਤੂੰ ਨਹੀਂ ਸੁਣਦੀ ਗੱਲ ਤੇ ਨਾ ਸੁਣ, ਇੱਕ ਨਾ ਇੱਕ ਦਿਨ ਤੈਨੂੰ ਗੱਲ ਸੁਣਨੀ ਪੈਣੀ ਹੈ। ਤੇ ਪਾਤਸ਼ਾਹ ਦਾ ਬਚਨ ਸੀ, ਲੱਗੀ ਆਵੇ ਸਾਹਮਣੇ ਨਿਤ ਨਾ ਪਈਏ ਹੋਏ। ਪਾਤਸ਼ਾਹ ਜੀ ਕਹਿੰਦੇ, ਹੇ ਜੀਵ ਰੂਪ ਇਸਤਰੀ, ਤੂੰ ਆਪਣੇ ਪੇਕੇ ਘਰ ਰਹਿੰਦੀ ਹੈ, ਆਪਾਂ ਸਾਰੇ ਸੰਸਾਰੀ ਹਾਂ, ਆਪਾਂ ਨੂੰ ਪਤਾ ਹੈ ਕਿ ਕੋਈ ਵੀ ਬੱਚੀ ਆਪਣੇ ਪੇਕੇ ਘਰ ਨਹੀਂ ਰਹਿ ਸਕਦੀ, ਉਹਨੂੰ ਸਹੁਰੇ ਜਾਣਾ ਹੀ ਪੈਂਦਾ। ਲੱਗੀ ਆਵੇ ਸਹੁਰੇ ਨਿਤ ਨਾ ਪਈਆ ਹੋਏ। ਪਾਤਸ਼ਾਹ ਕਹਿੰਦੇ, ਭਾਈ ਪਈਏ ਤੋਂ ਭਾਵ ਪੇਕੇ, ਜਿਹੜੇ ਪੇਕੇ ਘਰ ਤੋਂ ਜੀਵ ਰੂਪ ਇਸਤਰੀ ਰਹਿ ਰਹੀ ਆ, ਇੱਕ ਨਾ ਇੱਕ ਦਿਨ ਤੈਨੂੰ ਆਪਣੇ ਸਹੁਰੇ ਅੱਗੇ ਜਾਣਾ ਹੀ ਪੈਣਾ ਹੈ। ਤੇ ਖੀਰਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਦੇ ਬਚਨ ਹੋਏ ਨੇ, ਨਾਨਕ ਸੁੱਤੀ ਪਈਏ ਜਾਣ ਵਿਰਤੀ ਸਨ, ਕੀ ਕਰਨ ਆਏ ਸੀ ਸੰਸਾਰ ਤੇ। ਪਾਤਸ਼ਾਹ ਦਾ ਬਚਨ ਹੋਇਆ, ਨਾਨਕ ਸੁੱਤੀ ਪਈਏ ਜਾਣ ਵਿਰਤੀ ਸਨ, ਗੁਣਾ ਗਵਾਈ ਗੰਢੜੀ ਅਵਗੜ ਚੱਲੇ ਬੰਦ। ਆਪਾਂ ਇੱਥੇ ਆਣ ਕੇ ਸਮਾਪਤੀ ਕਰਨੀ ਸੀ, ਤੇ ਵੈਸੇ ਪਿੱਛੋਂ ਵੀ ਇਸ਼ਾਰਾ ਹੋ ਗਿਆ ਸਮਾਪਤੀ ਦਾ, ਪਰ ਇਹੋ ਹੀ ਪੰਕਤੀ ਪਾਤਸ਼ਾਹ ਦੀ ਬਾਣੀ ਵੀ ਰਹਿ ਗਈ ਸੀ। ਪਾਤਸ਼ਾਹ ਨੇ ਬਚਨ ਕੀਤਾ, ਅਵਗੁਣਾ ਕੀ ਜਿਹੜੀ ਗੰਢੜੀ ਸੀ ਉਹਨੂੰ ਤੂੰ ਆਪਣੇ ਪੱਲੇ ਬੰਨ ਲਿਆ ਹੈ। ਤੇ ਪਾਤਸ਼ਾਹ ਬਚਨ ਕਰ ਰਹੇ ਸੀ, ਨਾਨਕ ਸੁੱਤੀ ਪਈ ਹੈ ਜਾਣ ਵਿਰਤੀ ਸਨ, ਗੁਣਾ ਗਵਾਈ ਗੰਢੜੀ ਅਵਗਣ ਚੱਲੇ ਬੰਨ। ਸੰਸਾਰ ਤੇ ਆਏ ਨਹੀਂ ਸੀ ਕੁਝ ਗ੍ਰਹਿਣ ਕਰਨ ਵਾਸਤੇ, ਪਰ ਅਵਗਣਾਂ ਦੀ ਗੰਢੜੀ ਬੰਨ ਕੇ ਮਨੁੱਖ ਸੰਸਾਰ ਤੋਂ ਚਲਿਆ ਜਾਂਦਾ। ਤੇ ਗੁਰਬਾਣੀ ਦਾ ਬਚਨ, ਆਸਾ ਦੀ ਵਾਰ ਦਾ ਆਪਾਂ ਸੁਣਦੇ ਹਾਂ, ਪਾਤਸ਼ਾਹ ਜੀ ਦਾ ਬਚਨ ਆਉਂਦਾ ਹੈ ਕਿ ਭਾਈ ਜਿਹੜਾ ਮਨੁੱਖ ਸੰਸਾਰ ਤੇ ਆਇਆ ਉਹ ਤੇ ਚਲਿਆ ਗਿਆ, ਇਸ ਵਾਸਤੇ ਜਿਹੜਾ ਸੰਸਾਰ ਤੇ ਹੈ ਉਹਨੂੰ ਚਾਹੀਦਾ ਕਿ ਉਹ ਪਰਮਾਤਮਾ ਦਾ ਨਾਮ ਸਿਮਰ ਸਕੇ। ਗੁਰਬਾਣੀ ਦੀ ਖੀਰਲੀ ਪੰਕਤੀ ਦਾ ਬਚਨ ਹੈ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਜਿਸ ਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀ ਹੈ। ਪਾਤਸ਼ਾਹ ਜੀ ਬੇਨਤੀ ਪ੍ਰਵਾਨ ਕਰਨ ਆਪਣੀਆਂ ਸਿੱਖ ਸੰਗਤਾਂ ਨੂੰ, ਆਪਣੇ ਲੜ ਲਾ ਕੇ ਉਹਨਾਂ ਦੇ ਸਵਾਸਿਆਂ ਨੂੰ
ਸਫਰਿਆ ਕਰਦਾ ਉਦਮ ਉਪਰਾਲਾ ਬਖਸ਼ਣ। ਆਪਾਂ ਸਾਰੇ ਸਾਬਕਾ ਸਰਪੰਚ ਭਾਈ ਬਲਕਾਰ ਸਿੰਘ ਜੀ ਇਹਨਾਂ ਦੀ ਆਤਮਕ ਸ਼ਾਂਤੀ ਦੀ ਅਰਦਾਸ ਬੇਨਤੀ ਵਿੱਚ ਸ਼ਾਮਿਲ ਹੋਏ ਹਾਂ। ਧੰਨਵਾਦ ਉਹਨਾਂ ਪਤਵੰਤੇ ਸੱਜਣਾਂ ਦਾ ਜਿਨ੍ਹਾਂ ਨੇ ਆਪਣੇ ਕਾਰਜ ਛੱਡ ਕੇ ਮਹਾਂਪੁਰਖਾਂ ਦੇ ਅਸਥਾਨਾਂ 'ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਅੰਦਰ ਹਾਜ਼ਰੀਆਂ ਭਰੀਆਂ ਨੇ। ਆਓ ਭਾਈ ਸਾਹਿਬ ਭਾਈ ਗੁਰਦਰਸ਼ਨ ਸਿੰਘ ਜੀ ਸੰਧੂ ਪ੍ਰਗਟ ਪੱਤਰਕਾਰ ਜੀ ਨਿਊਜ਼ ਉਹਨਾਂ ਦੇ ਕੋਲੋਂ ਆਪਾਂ ਹੁਣ ਅਗਲੀ ਜੋ ਸਟੇਜ ਦੇ ਵਚਨ ਜੋ ਸਰਵਣ ਕਰਾਂਗੇ। ਹੁਕਮ ਬੇਨਤੀ ਹੋਈ ਹੈ ਕਿ ਪਹਿਲਾਂ ਅਰਦਾਸ ਬੇਨਤੀ ਕਰ ਲਈਏ, ਫਿਰ ਭਾਈ ਗੁਰਦਰਸ਼ਨ ਸਿੰਘ ਜੀ ਜਿਵੇਂ ਜਿਵੇਂ ਬੁਲਾਰੇ ਸਿੰਘ ਆਏ ਨੇ ਉਹਨਾਂ ਨੂੰ ਸਮਾਂ ਦੇਣਗੇ। ਆਓ ਹੁਣ ਅਰਦਾਸ ਬੇਨਤੀ ਵਿੱਚ ਜੁੜੀਏ, ਬਾਕੀ ਦਾ ਪ੍ਰੋਗਰਾਮ ਕੋਈ ਨਾਮ ਜਾਣ ਸਤਨਾਮ ਅਰਦਾਸ ਓਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਸਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹ ਕੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਤੇਰੇ ਅੰਗਦ ਗੁਰ ਦੇ ਅਮਰਦਾਸ ਰਾਮਦਾਸ ਹੋਈ ਸਹਾਇ ਅਜਨ ਹਰ ਗੋਬਿੰਦ ਨੂੰ ਸਿਮਰਾਉ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਮ ਲਿਆਵੇ ਤਾਏ ਸਭ ਤਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਧਰ ਵਲੋ ਜੀ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਰੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛਕਿਆ ਦੇਖ ਚਲਾਈ ਦੇਖ ਵਾਹੀ ਦੇਖ ਕੇ ਢੇਡ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਮਹਾਂਪੁਰਖਾਂ ਦੀ ਕਮਾਈ ਦਾ ਧਿਆਨ ਕਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਤਰਵਹੇਤ ਸੀਸ ਦਿੱਤੇ ਬੰਦ ਬੰਦ ਕਢਵਾਏ ਖੋਪਰੀਆਂ ਰਵਾਈਆਂ ਚਰਖੜੀਆਂ ਤੇ ਚੜੇ ਤਾਰਿਆਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਦੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ ਜਿਨ੍ਹਾਂ ਪੁਰਾਤਨ ਵਰਤਮਾਨ ਸਮੇਂ ਦੇ ਸੰਦੋਖ ਸ਼ਹੀਦ ਸਿੰਘ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਵਲੋ ਜੀ ਵਾਹਿਗੁਰੂ ਵਾਹਿਗੁਰੂ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਧਾਮਾਂ ਜੀ ਦੇ ਪਾਠ ਦਰਸ਼ਨ ਦਿਲਾਰਿਆਂ ਦਾ ਧਿਆਨ ਕਰ ਬਲੋ ਜੀ ਵਾਹਿਗੁਰੂ ਵਾਹਿਗੁਰੂ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਿਆ ਚੇਤਿਆ ਵਰ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਇਤਾ ਤਾਂ ਰਚਿਆ ਲਿਆਏ ਤਾਂ ਦੇਖ ਕੇ ਫਤਿਹ ਬਿਰਤ ਕੀ ਪੈ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਰੇ ਖਾਲਸੇ ਜੀ ਕੇ ਬੋਲ ਬਾਲੇ ਭਰੋ ਜੀ ਵਾਹਿਗੁਰੂ ਵਾਹਿਗੁਰੂ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਖ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁਕੇ ਜੁਗੋ ਜੁਗੇ ਟਲ ਧਰਮ ਕਾ ਜੈਕਾਰ ਬੋਲੋ ਜੀ
ਵਾਹਿਗੁਰੂ ਵਾਹਿਗੁਰੂ ਜੀ ਸਿੱਖਾਂ ਦਾ ਮਨ ਨੀਵਾਂ ਮਨ ਦੀ ਉੱਚੀ ਮਨ ਪਾਲ ਕੇ ਰੱਖਿਆ ਵਾਹਿਗੁਰੂ ਗੁਰਦਾ ਗੱਦੀ ਤੇ ਬਿਰਾਜਮਾਨ ਚਬਰ ਛਤਰ ਤਖਤਾਂ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਕੇ ਮੁਬਾਰਕ ਚਰਨਾ ਕਮਲਾ ਵਿਖੇ ਅਰਦਾਸ ਬੇਨਤੀ ਹੈ ਜੀ ਆਪ ਜੀਆਂ ਦੇ ਦਰ ਘਰ ਦੇ ਪ੍ਰੀਤਵਾਨ ਭਾਈ ਸਾਹਿਬ ਭਾਈ ਬਲਕਾਰ ਸਿੰਘ ਜੀ ਜੋ ਪਿਛਲੇ ਸਮੇਂ ਆਪ ਜੀ ਦੇ ਬਖਸ਼ੇ ਹੋਏ ਸਵਾਸਿਆਂ ਨੂੰ ਭੋਗਦਿਆਂ ਪਰਲੋਕ ਗਮਨ ਕਰ ਚੁੱਕੇ ਸਨ ਤਿਹਨਾਂ ਦੀ ਰੂਹ ਦੀ ਕਲਿਆਣਤਾ ਵਾਸਤੇ ਗੁਰੂ ਕੀ ਬਾਣੀ ਦੇ ਸਹਿਜ ਪਾਠ ਤਿਹਨਾਂ ਦੇ ਗ੍ਰਹਿ ਵਿੱਚ ਆਪ ਜੀ ਦੀਆਂ ਦਿੱਤੀਆਂ ਦਾਤਾਂ ਦੇ ਵਿੱਚੋਂ ਕਰਵਾਏ ਗਏ ਸੀ ਉਪਰੰਤ ਕਥਾ ਕੀਰਤਨ ਦੇ ਦੀਵਾਨ ਮਹਾਂਪੁਰਖਾਂ ਦੇ ਸਥਾਨਾਂ ਦੇ ਸੱਜੇ ਨੇ ਆਪ ਜੀ ਨੇ ਦਇਆ ਕੀਤੀ ਖੁੱਲ੍ਹੇ ਦੀਵਾਨਾਂ ਦੇ ਵਿੱਚ ਪ੍ਰਕਾਸ਼ਮਾਨ ਹੋਏ ਇਸ ਸੋਗਮਈ ਸਮਾਗਮ ਦੇ ਅੰਦਰ ਕਥਾ ਕੀਰਤਨ ਦੇ ਸਮਾਗਮ ਹੋਏ ਨੇ ਮਹਾਰਾਜ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸਭ ਦੀਆਂ ਹਾਜ਼ਰੀਆਂ ਦਾ ਪ੍ਰਵਾਨ ਕਰਿਓ ਚੱਲੇ ਕਦਮ ਲੇਖੇ ਲਾਇਓ ਪੜ੍ਹੀ ਸੁਣੀ ਗੁਰਬਾਣੀ ਦੇ ਲਾਏ ਭਾਈ ਸਾਹਿਬ ਦੀ ਆਤਮਾ ਨੂੰ ਬਖਸ਼ਿਸ਼ ਕਰਦਿਆਂ ਹੋਇਆ ਆਪ ਜੀ ਨੇ ਟੇਡੀਆਂ ਮੇਡੀਆਂ ਜੂਨਾਂ ਤੋਂ ਬਚਾਉਣਾ ਇਸ ਸੰਸਾਰ ਦੇ ਅੰਦਰ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਦੇ ਮਹਾਂਵਾਕ ਅਨੁਸਾਰ ਆਪ ਜੀ ਨੇ ਆਪਣੇ ਚਰਨਾਂ ਦਾ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਮਹਾਰਾਜ ਦਇਆ ਕਰੋ ਜੀ ਆਪ ਜੀ ਦੇ ਹਜ਼ੂਰ ਗੁਰੂ ਕੀ ਦੇ ਸਾਜ ਹਾਜ਼ਰ ਹੋਈ ਕਰੀ ਪਾਕ ਸਾਧ ਸੋਚ ਪਵਿੱਤਰ ਹੋਣ ਲਾਭ ਭੋਗ ਹਰ ਰਾਏ ਲੱਗੇ ਭੋਗ ਸੰਗਤਾਂ ਵਿੱਚ ਵਰਤਣ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਬਖਸ਼ ਕੇ ਨਿਹਾਲ ਕਰੋ ਜੀ ਰਹਿੰਦੇ ਸਮਾਗਮ ਦਰਵਿਘਨਤਾ ਸਹਿਤ ਆਪ ਜੀ ਸੰਪੂਰਨ ਕਰਿਓ ਸਹੀ ਗੁਰਮੁਖ ਮੇਲਣੇ ਜਿੰਨਾ ਮਿਲੇ ਆਪ ਜੀ ਦਾ ਨਾਮ ਚੇਤਿਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਪਲਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਘਰ ਤੀਜਾ ਦੁਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸਨਾਨਾ ਗੁਰ ਪੂਰੈ ਕੀਨੇ ਦਾਨਾ ਸਭ ਕੁਸਲ ਖੇਮ ਪ੍ਰਭ ਧਾਰੇ ਸਹੀ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਬਲ ਲਾਥੀ ਪਾਰ ਬ੍ਰਹਮ ਭਇਓ
ਸਾਥੀ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਮਹਾਂਪੁਰਖ ਬ੍ਰਹਮ ਗਿਆਨੀ ਸੰਤ ਬਾਬਾ ਰਾਮ ਲਾਲ ਜੀ ਦੀ ਯਾਦ ਚ ਬਣੇ ਗੁਰਦੁਆਰਾ ਸਾਹਿਬ ਚ ਅੱਜ ਸਾਡੇ ਚਾਚਾ ਜੀ ਸਾਬਕਾ ਸਰਪੰਚ ਸਰਦਾਰ ਪ੍ਰਕਾਸ਼ ਸਿੰਘ ਜੀ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਿਲ ਹੋਏ ਸਾਡੇ ਸਾਰੇ ਰਿਸ਼ਤੇਦਾਰ ਮਿੱਤਰ ਭੈਣ ਭਰਾ ਤੋਂ ਦੂਰੋਂ ਨੇੜਿਓ ਚੱਲ ਕੇ ਆਏ ਸਾਰੇ ਸਕੇ ਸੰਬੰਧੀਆਂ ਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ ਉਹਨਾਂ ਦਾ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਸਾਡੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਆਏ ਹੋ। ਜ਼ਿਆਦਾ ਟਾਈਮ ਨਹੀਂ ਲਵਾਂਗਾ ਸੰਗਤ ਨੂੰ, ਦੱਸਿਆ ਇੱਕ ਬੁਲਾਰੇ ਸੁਖਨਾਮ ਸਿੰਘ ਪੰਨੂ ਜੀ ਜਿਹੜੇ ਕਿਸਾਨ ਸੰਘਰਸ਼ ਕਮੇਟੀ ਤੋਂ ਪੰਜਾਬ ਦੇ ਪ੍ਰਧਾਨ ਨੇ, ਜਿਹੜੀ ਜਥੇਬੰਦੀ ਵਿੱਚ ਚਾਚਾ ਜੀ ਸਰਦਾਰ ਬਲਕਾਰ ਸਿੰਘ ਜੀ ਨੇ ਕਾਫੀ ਕੰਮ ਕੀਤਾ ਹੈ, ਸੰਘਰਸ਼ ਕੀਤਾ, ਉਹਨਾਂ ਦੇ ਨਾਲ ਸਾਥ ਦਿੱਤਾ, ਉਹ ਆਪਾਂ ਨੂੰ ਸੰਬੋਧਨ ਕਰਨਗੇ। ਉਸ ਤੋਂ ਪਹਿਲਾਂ ਮੈਂ 2 ਮਿੰਟ ਲਵਾਂਗਾ। ਸਾਡਾ ਪਰਿਵਾਰ ਅਸੀਂ ਚੰਦਾ ਸਿੰਘ ਵਾਲਾ ਪਾਕਿਸਤਾਨ ਦੇ ਵਿੱਚ ਕਸੂਰ ਜ਼ਿਲ੍ਹੇ ਦੇ ਵਿੱਚ ਪਿੰਡ ਸੀਗਾ, ਜਿੱਥੋਂ ਉਜੜ ਕੇ ਸਾਡੇ ਬਜ਼ੁਰਗ 47 ਦੇ ਟਾਈਮ 'ਤੇ ਪਹਿਲਾਂ ਪਿੰਡ ਆਸਰਪੁਰੇ ਬੈਠੇ ਅਤੇ ਉਸ ਤੋਂ ਬਾਅਦ ਆਲਫ ਕੇ ਆ ਕੇ ਜ਼ਮੀਨਾਂ ਪਈਆਂ। ਸਾਡੇ ਬਜ਼ੁਰਗਾਂ ਨੇ ਬਹੁਤ ਸੰਘਰਸ਼ ਕੀਤੇ, ਜਿੱਥੇ ਸਾਡੀਆਂ ਜ਼ਮੀਨਾਂ ਨੇ ਚਾਚਾ ਜੀ ਹੋਏ ਜ਼ਮੀਨ ਦੇ ਨਾਲ ਹੀ ਸਾਡੀ ਲੱਗਦੀ ਹੈ ਜਾਂ ਦੇਖਿਆ, ਉੱਥੇ ਅਸੀਂ ਤਾਂ ਦੇਖਿਆ ਨਹੀਂ, ਬਜ਼ੁਰਗ ਦੱਸਦੇ ਹੁੰਦੇ ਸੀ ਕਿ ਉੱਚੇ ਉੱਚੇ ਟਿੱਬੇ ਹੁੰਦੇ ਸੀ ਜਿੱਥੇ ਆ ਕੇ ਵੱਸੇ। ਕਹਿਣ ਤੋਂ ਭਾਵ ਸੰਘਰਸ਼ ਕੀਤੇ ਬਜ਼ੁਰਗਾਂ ਨੇ। ਅੱਜ ਜਦੋਂ ਲੋੜ ਹੁੰਦੀ ਹੈ ਉਹਨਾਂ ਬਜ਼ੁਰਗਾਂ ਨੂੰ ਇੱਕ ਚੰਗਾ ਸੁੱਖ ਲੈਣ ਦੀ, ਸਾਹ ਲੈਣ ਦੀ, ਉਦੋਂ ਸਾਡੇ ਕੋਲੋਂ ਚਲੇ ਜਾਂਦੇ ਨੇ। ਸਾਡੇ ਜਿਵੇਂ ਸਾਡੇ ਪਰਿਵਾਰ ਦੀ ਗੱਲ ਕਰਾਂ ਚੰਦਾ ਸਿੰਘ ਵਾਲਿਆਂ ਦੀ, ਤਾਂ ਸਾਡੀ ਇਹ ਬੜੀ ਇੱਕ ਸਾਨੂੰ ਘਾਟ ਆ ਸਾਡੇ ਬਜ਼ੁਰਗਾਂ ਦੀ। ਮੈਂ ਜਾਣਦਾ, ਮੈਨੂੰ ਲੱਗਦਾ ਸਾਡੀ ਪੀੜ੍ਹੀ 'ਚ ਸ਼ਾਇਦ ਮੈਂ ਵੱਡਾ ਵਾਂ। ਗੁਰਜੀਤ ਹੋਣੀ, ਸੋਨੇ ਹੋਣੀ, ਦਿਲਬਾਗ ਹੈ ਮੁੰਡਾ, ਸਾਰੇ ਬੜੇ ਵਧੀਆ ਤਰੀਕੇ ਦੇ ਨਾਲ ਰਹਿ ਰਹੇ ਨੇ। ਕਹਿਣ ਤੋਂ ਭਾਵ ਤਾਂ ਹੀ ਬਲਕਾਰ ਸਿੰਘ ਅਤੇ ਪ੍ਰਤਾਪ ਸਿੰਘ ਜਿਹੜੇ ਸਾਡੇ ਛੋਟੇ ਚਾਚਾ ਸੀ ਆ ਹੁਣ ਤੱਕ ਇਕੱਠੇ ਰਹਿ ਰਹੇ ਨੇ। ਇਹ ਬੜੀ ਵੱਡੀ ਗੱਲ ਹੁੰਦੀ ਹੈ ਜਦੋਂ ਬੱਚੇ ਪਰਿਵਾਰ ਦੇ ਵਿੱਚ ਮਿਲ ਵਰਤ ਕੇ ਰਹਿਣ, ਤਾਂ ਮਾਂ ਪਿਓ ਦੀ ਪੱਗ ਜਿਹੜੀ ਹੋਰ ਉੱਚੀ ਹੁੰਦੀ ਹੈ ਤਾਂ ਉਹਨਾਂ ਦਾ ਕੱਠ ਨਿਭਦਾ। ਸੋ ਸੰਘਰਸ਼ ਕੀਤਾ। ਉਸ ਤੋਂ ਬਾਅਦ ਸਰਦਾਰ ਬਲਕਾਰ ਸਿੰਘ ਹੋਣਾ ਦਾ ਵਿਆਹ ਸਾਡੇ ਚਾਚੇ ਜੀ ਸਰਦਾਰੀ ਗੁਰਿੰਦਰ ਕੌਰ ਦੇ ਨਾਲ ਹੋਇਆ, ਖਾਰੇ ਪਰਿਵਾਰ ਦੇ ਵਿੱਚੋਂ ਸੀ। ਉਹਦੇ ਕਰਕੇ ਮੈਂ, ਕਿਉਂਕਿ ਮੇਰੇ ਮਾਤਾ ਜੀ ਵੀ ਖਾਰੇ ਪਰਿਵਾਰ 'ਚੋਂ ਸੀ, ਅਸੀਂ ਬਚਪਨ ਤੋਂ ਹੀ ਮੈਂ ਚਾਚਾ ਜੀ ਘੱਟ ਅਤੇ ਮਾਸੜ ਜੀ ਮਾਸੀ ਜੀ ਜ਼ਿਆਦਾ ਕਹਿੰਦੇ ਰਹੇ ਹਾਂ ਹੁਣ ਤੱਕ ਵੀ। ਬਹੁਤ ਵਧੀਆ ਜਿਹੜਾ ਸਾਥ, ਮੇਰੇ ਫਾਦਰ ਸਾਹਿਬ ਦੀ ਗੱਲ ਕਰੀਏ, ਸਵਰਗਵਾਸੀ ਸਰਦਾਰ ਬੋੜ ਸਿੰਘ ਦੇ ਨਾਲ ਸਰਦਾਰ ਬਲਕਾਰ ਸਿੰਘ ਹੋਣਾ ਦਾ ਬਹੁਤ ਚਿਰ ਨਿਭਿਆ ਅਤੇ ਲੰਮਾ ਸਮਾਂ ਨਿਭਿਆ ਅਤੇ ਆਖਰ ਤੱਕ ਨਿਭਿਆ, ਆਖਰੀ ਸਾਹਾਂ ਤੱਕ ਨਿਭਿਆ। ਅੱਜ ਉਹਨਾਂ ਦੇ ਨਿਮਿੱਤ ਬਿਲਕੁਲ ਸਿਹਤ ਵਧੀਆ ਸੀਗੀ, ਕੁਛ ਦਿਨਾਂ ਤੋਂ ਜਿਹੜਾ ਉਹ ਪੈਰਾਲਾਈਜ਼ ਦਾ ਅਟੈਕ ਆਉਣ ਕਰਕੇ ਬਿਮਾਰ ਪੈ ਗਏ, ਪਰ ਕੁਛ ਦਿਨ ਪਹਿਲਾਂ ਘਰੇ ਖਲਪੜ ਸਾਹਿਬ ਸੀ, ਉੱਥੇ ਆਏ ਆ ਤੁਸੀਂ ਵੀ ਸਾਰੇ, ਬਹੁਤੇ ਜਾਣੇ ਉੱਥੇ ਆਏ ਹੋਣਗੇ, ਆਪਾਂ ਗੱਲਾਂ ਬਾਤਾਂ ਕੀਤੀਆਂ ਤਾਂ ਕਿੰਨਾ ਹੱਸ ਕੇ ਅਤੇ ਕਿੰਨਾ ਖੁਸ਼ੀ ਦੇ ਨਾਲ ਗੱਲਾਂ ਕਰਦੇ ਸੀ, ਅਤੇ ਉਹਨਾਂ ਦੀ ਇਲੈਕਸ਼ਨਾਂ ਬਾਰੇ ਵੀ ਉਹਨਾਂ ਨੇ 2-4 ਜ਼ਿਕਰ ਮੇਰੇ ਨਾਲ ਕੀਤੇ, ਅਤੇ ਮਨ ਨੂੰ ਆਸ ਬੱਝੀ ਕਿ ਬਿਮਾਰ ਹੋਣ ਤੋਂ ਬਾਅਦ ਲੱਗਦਾ ਹੈ ਕਿ
ਨਵੇਂ ਸਿਰੋਂ ਜ਼ਿੰਦਗੀ ਚੱਲੂਗੀ, ਨਵੇਂ ਸਿਰੋਂ ਜਿਹੜਾ ਸਾਡੇ ਚਾਚਾ ਜੀ ਉੱਠ ਕੇ ਸਮਾਜ 'ਚ ਵਿਚਰਨਗੇ। ਅੱਜ ਸਮਾਜ ਨੂੰ ਬਜ਼ੁਰਗਾਂ ਦੀ ਬੜੀ ਲੋੜ ਆ, ਅੱਜ ਨੌਜਵਾਨ ਪੀੜ੍ਹੀ ਸਾਡੀ ਜਿਹੜੀ ਕਿਰਾਏ ਪੈ ਗਈ ਆ। ਜਦੋਂ ਅਸੀਂ ਘਰੇ ਜਾਂਦੇ ਹਾਂ ਤਾਂ ਸਾਡੇ ਬਜ਼ੁਰਗ ਜਦੋਂ ਸਾਨੂੰ ਝਿੜਕਦੇ ਆ, ਉਹ ਕਿਤੇ ਨਾ ਕਿਤੇ ਸਾਡੇ ਮਨ ਦੇ ਵਿੱਚ ਉਹ ਖੜਕਦੀ ਹੈ ਅਤੇ ਅਸੀਂ ਉਸ ਕਿਰਾਏ ਪੈਣ ਤੋਂ ਸਾਡੀ ਬ੍ਰੇਕ ਲੱਗਦੀ ਹੈ, ਅਸੀਂ ਰੁਕਦੇ ਹਾਂ। ਪਰ ਕਈ ਮੇਰੇ ਵੀਰ ਮੇਰੇ ਪਿੰਡ ਦੇ ਜਿਹੜੇ ਕਿ ਉਹਨਾਂ ਦੀ ਗਿਣਤੀ ਉਂਗਲਾਂ 'ਤੇ ਨਹੀਂ ਕੀਤੀ ਜਾ ਸਕਦੀ, ਉਸ ਨਸ਼ੇ ਦੀਆਂ ਦਰਦਾਂ ਦੇ ਵਿੱਚੋਂ ਲੰਘ ਕੇ ਅਤੇ ਉਸ ਜਗ੍ਹਾ ਚਲੇ ਗਏ ਜਿੱਥੋਂ ਵਾਪਸ ਨਹੀਂ ਮੁੜ ਸਕਦੇ। ਕਹਿਣ ਤੋਂ ਭਾਵ ਸਾਨੂੰ ਬਜ਼ੁਰਗਾਂ ਦੀ ਲੋੜ ਆ, ਅੱਜ ਵਡੇਰਿਆਂ ਦੀ ਲੋੜ ਸੀ, ਸਾਡੇ ਚਾਚਾ ਜੀ ਸਾਡੇ ਤੋਂ ਵਿਛੜੇ ਨੇ, ਸਾਨੂੰ ਦਿਲੀ ਦੁੱਖ ਆ। ਤੁਸੀਂ ਜਿੰਨੇ ਵੀ ਸਾਡੇ ਕੋਲ ਚੱਲ ਕੇ ਆਏ ਹੋ, ਤੁਹਾਡਾ ਅੱਜ ਜਦੋਂ ਧੰਨਵਾਦ ਆ ਸਾਡੇ ਪਰਿਵਾਰ ਦੇ ਨਾਲ, ਤੁਸੀਂ ਦੁੱਖ ਸਾਂਝਾ ਕੀਤਾ। ਮੈਂ ਬੇਨਤੀ ਕਰੂੰਗਾ ਸਰਦਾਰ ਸਤਨਾਮ ਸਿੰਘ ਜੀ ਪੰਨੂ ਜੀ ਨੂੰ, ਉਹ ਸਰਦਾਰ ਬਲਕਾਰ ਸਿੰਘ ਉਹਨਾਂ ਦੇ ਨਾਲ ਜਿੰਨਾ ਚਿਰ ਉਹਨਾਂ ਦਾ ਵਾਹ ਪਿਆ, ਇਸ ਤਰੀਕੇ ਦੇ ਨਾਲ ਸੰਘਰਸ਼ ਉਹਨਾਂ ਨੇ ਕੀਤੇ। ਪੱਗ ਦੀ ਰਸਮ ਵੀ ਉਹਨਾਂ ਨੇ ਕਰਨੀ ਹੈ, ਕਾਫੀ ਜਥੇਬੰਦੀ ਵੱਲੋਂ ਪੱਗ ਜਿਹੜੀ ਉਹ ਲੈ ਕੇ ਆਏ ਨੇ ਦਸਤਾਰ। ਸੋ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਚੰਦ ਮਿੰਟ ਜਿਹੜੇ ਆ ਉਸ ਸਟੇਜ 'ਤੇ ਸਰਦਾਰ ਬਲਕਾਰ ਸਿੰਘ ਜੀ ਉਹਨਾਂ ਦੇ ਨਾਲ ਰੱਖਣ। ਗੁਰੂ ਗ੍ਰੰਥ ਸਾਹਿਬ ਦੀ ਯੂਨੀਵਰਸਿਟੀ ਟੀਮ ਸਾਰੀ ਸਾਫ ਸਫਾਈ ਪਾਈ ਪਾਈ, ਅੱਜ ਆਪਾਂ ਸਰਦਾਰ ਬਲਕਾਰ ਸਿੰਘ ਗੁਰਸਪਿੰਡ ਦੇ ਸਾਬਕਾ ਸਰਪੰਚ ਮਿਲੇ ਹਨ, ਉਹਨਾਂ ਦੀ ਅੰਤਮ ਬੁਲਾਹਟ ਦੇ ਵਿੱਚ ਸ਼ਾਮਲ ਹੋਏ ਹਾਂ। ਜੋ ਪਿਛਲੇ ਦਿਨੀ ਥੋੜ੍ਹੀ ਸੰਖੇ ਬਿਮਾਰੀ ਵੱਲ ਪਿੱਛੋਂ ਸਾਨੂੰ ਸਕੀਮ ਵਿਛੋੜਾ ਦੇ ਵਿੱਚ ਚੱਲ ਗਏ, ਜੋ ਵੀ ਪ੍ਰਣਾਲੀ ਇਸ ਸੰਸਾਰ ਵਿੱਚ ਆਉਂਦੀ ਆ ਉਹ ਇੱਥੋਂ ਜਾਣਾ, ਜਿਹੜਾ ਦੁਨੀਆਂ ਤੋਂ ਜਾਣਾ ਹਰ ਇੱਕ ਨਹੀਂ, ਉਹ ਦਸਤੂਰ ਆ ਕੁਦਰਤ। ਜੋ ਵੀ ਜਦੋਂ ਕਿਸੇ ਘਰ ਦੇ ਵਿੱਚੋਂ ਪਰਿਵਾਰ 'ਚੋਂ ਬੱਚਾ ਜੰਮਦਾ, ਸਾਰੀ ਜ਼ਿੰਦਗੀ ਉੱਥੇ ਬਤੀਤ ਕਰਦਾ, ਸਮਾਜ 'ਚ ਬਤੀਤ ਕਰਦਾ, ਉਹਦੀ ਬਹੁਤ ਹੀ ਅਟੈਚਮੈਂਟ ਜਿਹੜੀ ਆ ਉਸ ਪਰਿਵਾਰ ਨਾਲ ਹੁੰਦੀ ਆ, ਸਮਾਜ ਨਾਲ ਹੁੰਦੀ ਆ, ਜਿੱਥੇ ਜਿੱਥੇ ਵਿਚਰਦਾ ਅਤੇ ਬਹੁਤ ਵੱਡਾ ਦੁੱਖ ਲੱਗਦਾ ਜਦੋਂ ਉਹ ਪਰਿਵਾਰ ਦੇ ਵਿੱਚੋਂ ਕੋਈ ਜੀਅ ਜਾਂਦਾ। ਇਸ ਤਰ੍ਹਾਂ ਸਰਦਾਰ ਬਲਕਾਰ ਸਿੰਘ ਹੋਣਾ ਵਾ ਜਿਹੜਾ ਜਾਣਾ, ਅਜੇ ਬਹੁਤੀ ਉਮਰ ਵੀ ਨਹੀਂ ਸੀ, ਛੋਟੀ ਉਮਰ ਸੀ, ਬਹੁਤੀ ਵੱਡੀ ਉਮਰ ਵੀ ਸੀ, ਉਹ ਪਰਿਵਾਰ ਨੂੰ ਬਹੁਤ ਵੱਡਾ ਸਦਮਾ ਪਹੁੰਚਿਆ, ਸਮਾਜ ਨੂੰ ਵੀ ਬਹੁਤ ਵੱਡਾ ਸਦਮਾ ਪਹੁੰਚਿਆ। ਜਥੇਬੰਦੀ ਜੋ ਕੰਮ ਕਰ ਰਹੇ ਸੀ 2-2.5 ਸਾਲ ਤੱਕ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ, ਜਥੇਬੰਦੀ ਦੇ ਵੀ ਬਹੁਤ ਵੱਡਾ ਇਹ ਘਾਟ ਮਹਿਸੂਸ ਹੋਈ ਆ, ਬਹੁਤ ਵੱਡਾ ਘਾਟਾ ਜੋ ਆਉਣ ਵਾਲੇ ਸਮੇਂ 'ਚ ਮਹਿਸੂਸ ਵੀ ਹੋਊਗਾ, ਛੇਤੀ ਕੀਤਾ ਜਦ ਪੂਰਾ ਨਾ ਕੀਤਾ ਜਾ ਸਕੇ ਜਿੰਨਾ ਉਹ ਦ੍ਰਿੜਤਾ ਨਾਲ ਕੰਮ ਕਰਦੇ ਸੀ। ਅਤੇ ਕਾਫੀ ਜਿਹੜੇ ਜਥੇਬੰਦੀ ਦੇ ਸਾਡੇ ਵਰਕਰ ਆ ਆਗੂ ਸਾਹਿਬਾਨ ਨੇ, ਉਹਨਾਂ ਨਾਲ ਉਹਨਾਂ ਦੀ ਬਹੁਤ ਨੇੜਤਾ ਸੀ ਅਤੇ ਬਹੁਤ ਵੱਡੇ ਪੱਧਰ 'ਚ ਪਹੁੰਚੇ ਹੋਏ ਸੀ। ਗੱਲ ਇੰਨੀ ਆ ਕਿਸੇ ਦੇ ਵੀ ਵਸਦਾ ਹੈ ਨਹੀਂ,
ਗੱਲ ਇੰਨੀ ਆ ਵੀ ਜਿਹੜਾ ਇਹ ਸਮਾਜ ਦੇ ਵਿੱਚ ਆਇਆ ਉਹਨੇ ਉਹ ਜ਼ਿੰਦਗੀ ਜੂਈ ਕਿਸ ਤਰ੍ਹਾਂ। ਗੁਰੂ ਗ੍ਰੰਥ ਸਾਹਿਬ ਵੀ ਸਾਨੂੰ ਜਿਹੜਾ ਵਾ ਜ਼ਿੰਦਗੀ ਜਿਉਣ ਦੀ ਜਾਚ ਦੱਸਦਾ, ਜ਼ਿੰਦਗੀ ਜ਼ਿੰਦਗੀ ਹੁੰਦੀ ਕੀ ਆ, ਜ਼ਿੰਦਗੀ ਜੂਈ ਕਿਸ ਤਰ੍ਹਾਂ ਜਾਂਦੀ ਆ। ਕਿਉਂਕਿ ਜਿਸ ਤਰ੍ਹਾਂ ਦੱਸ ਰਿਹਾ ਸੀ ਭਾਈ ਸਾਹਿਬ ਕਿ ਜੋ ਵੀ ਬੱਚਾ ਜੰਮਦਾ ਇੱਥੇ ਉਹਨੂੰ ਜ਼ਿੰਦਗੀ ਦੇ ਵਿੱਚ ਬਹੁਤ ਵੱਡੀਆਂ ਦੁੱਖਾਂ ਤਕਲੀਫਾਂ ਔਕੜਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਣਾ ਜਿੰਨਾ ਚਿਰ ਉਹ ਇੱਥੇ ਰਹਿੰਦਾ ਇਹ ਧਰਤੀ ਤੇ। ਤੇ ਜ਼ਿੰਦਗੀ ਇਹੀ ਆ। ਗੁਰੂ ਸਾਹਿਬ ਜੀ ਆਦੇਸ਼ਾਂ ਦੇ ਮੁਤਾਬਕ ਉਹਨਾਂ ਔਕੜਾਂ ਮੁਸੀਬਤਾਂ ਉਹਨਾਂ ਮੁਸ਼ਕਲਾਂ ਦਾ ਉਸ ਆਦਮੀ ਨੇ ਸਾਹਮਣਾ ਕਰਨਾ ਕੀਤਾ। ਜੇ ਕੋਈ ਆਦਮੀ ਵਿਅਕਤੀ ਜਿਹੜਾ ਉਹਨਾਂ ਦੁੱਖਾਂ ਮੁਸੀਬਤਾਂ ਦਾ ਸਾਹਮਣਾ ਖਿੜੇ ਮੱਥੇ ਕਰਦਾ ਹੋਇਆ ਹਾਰ ਨਾ ਮੰਨਦਾ ਹੋਇਆ ਉਹਨਾਂ ਦੇ ਉੱਪਰੋਂ ਵੀ ਉਹ ਪਾਰ ਲੱਗ ਜਾਂਦਾ, ਪਾਰ ਪਾ ਜਾਂਦਾ ਹੈ। ਜਿਹੜਾ ਉਹਨਾਂ ਦੁੱਖਾਂ ਮੁਸੀਬਤਾਂ ਤੋਂ ਡਰ ਜਾਂਦਾ, ਘਬਰਾ ਜਾਂਦਾ, ਫਿਰ ਦੁੱਖਾਂ ਮੁਸੀਬਤ ਜਿਹੜੇ ਆ ਉਹਦੇ ਉੱਤੇ ਸਵਾਰ ਹੋ ਜਾਂਦੇ ਆ, ਉਹ ਬੰਦਾ ਥੱਲੇ ਦਰਦੇ ਆ। ਅਸਲ ਜ਼ਿੰਦਗੀ ਇਹੀ ਹੈ, ਇਹਨਾਂ ਦੁੱਖਾਂ ਮੁਸੀਬਤਾਂ ਦਾ ਜਿਹੜਾ ਮੁਕਾਬਲਾ ਵਾ ਉਹ ਚੜ੍ਹਦੀ ਕਲਾ ਨਾਲ ਕੀਤਾ ਜਾਵੇ। ਉਸੇ ਨੂੰ ਹੀ ਸਾਡੇ ਗੁਰੂ ਸਾਹਿਬ ਨੇ ਜ਼ਿੰਦਗੀ ਕਿਹਾ। ਸਰਦਾਰ ਬਲਕਾਰ ਸਿੰਘ ਹੋਣੀ ਵੀ ਜੋ ਅਸੀਂ ਉਹਨੂੰ ਜਾਣਿਆ ਦੋ ਢਾਈ ਸਾਲ ਤੱਕ ਬੜੀ ਦ੍ਰਿੜਤਾ ਵਾਲੇ ਇਨਸਾਨ ਸਨ, ਜਿਹੜੀ ਗੱਲ ਕਰ ਲਈ ਆ ਉੱਤੇ ਪੂਰਾ ਉਤਰਨ ਦਾ ਉਹਨਾਂ ਯਤਨ ਕੀਤਾ। ਕਦੀ ਇਹ ਨਹੀਂ ਕਿ ਕਿਹਾ ਕੁਛ ਤੇ ਮੁੜਕੇ ਕੀਤਾ ਕੁਛ ਹੋਰ, ਇਹ ਉਹਨਾਂ ਦੇ ਵਿੱਚ ਨਹੀਂ ਸੀ ਬਿਲਕੁਲ। ਬੋਲੇ ਜਿਹੜੀ ਗੱਲ ਜਿੰਨੀ ਕਰਨੀ ਆ ਉਹ ਤੇ ਫਿਰ ਪਹਿਰਾ ਦੇਣਾ ਪੂਰਾ, ਤੇ ਜ਼ਿੰਮੇਵਾਰੀ ਤੋਂ ਕਦੀ ਨਹੀਂ ਭੱਜਣਾ। ਬਾਹਰੇ ਲੋਕ ਅਸੀਂ ਵੀ ਦੇਖੇ ਆ 20 ਸਾਲ ਜਨਤਕ ਜ਼ਿੰਦਗੀ ਹੋ ਗਈ ਸਾਡੀ ਵੀ ਮੇਰੀ ਵੀ, ਬਾਹਰੇ ਲੋਕ ਜ਼ਿੰਮੇਵਾਰੀ ਤੋਂ ਭੱਜਦੇ ਨਹੀਂ ਨਹੀਂ ਅਸੀਂ ਤਾਂ ਜ਼ਿੰਮੇਵਾਰੀ ਨਿਭਾ ਸਕਦੇ ਪਰ। ਪਰ ਇਹਨਾਂ ਦਾ ਮੈਂ ਇਹ ਦੇਖਿਆ ਸੀ ਕਿ ਇਹ ਜ਼ਿੰਮੇਵਾਰੀ ਤੋਂ ਭੱਜਣ ਵਾਲੇ ਨਹੀਂ ਸੀ। ਜਿਹੜੀ ਜ਼ਿੰਮੇਵਾਰੀ ਲਾਤੀ ਉਹਨੂੰ ਤਤਪਰਤਾ ਦੇ ਨਾਲ ਪੂਰੀ ਦ੍ਰਿੜਤਾ ਦੇ ਨਾਲ ਪੂਰੀ ਸੂਝਬੂਝ ਨਾਲ ਨਿਭਾਉਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਆ। ਜਿੰਨੇ ਵੀ ਆ ਮੋਰਚੇ ਲੱਗੇ ਆ ਸਾਡੇ 2-2.5 ਸਾਲ ਤੋਂ, ਉਹਦੇ ਵਿੱਚ ਉਹ ਹਰ ਇੱਕ ਮੋਰਚੇ ਸ਼ਾਮਲ ਆਏ, ਭਾਵੇਂ ਉਹ ਰੇਲਾ ਰੋਪੜ ਦਾ ਸੀ, ਭਾਵੇਂ ਉਹ ਕਿਤੇ ਹੋਰ DC ਦਫ਼ਤਰ ਵਾਲੇ ਧਰਨੇ ਸੀ, ਰਾਹ ਦਿੰਦੇ ਧਰਨੇ ਸੀ, ਮਤਲਬ ਜਿੱਥੇ ਵੀ ਜੋ ਇਹ ਜਿਹੜਾ ਪ੍ਰਬੰਧ ਹੈ ਹਿੰਦੁਸਤਾਨ ਦੇ ਵਿੱਚ ਜੋ ਕਿਸਾਨ ਦੇ ਵਿਰੋਧੀ ਵੀ ਆ, ਮਜ਼ਦੂਰ ਦੇ ਵਿਰੋਧੀ ਵੀ ਆ, ਲਟੇਰਾ ਰਾਜ ਪ੍ਰਬੰਧ ਜੋ ਚੱਲ ਰਿਹਾ 70 ਸਾਲ ਤੋਂ, ਉਹਦੀਆਂ ਨੀਤੀਆਂ ਨਾਲ ਜੋ ਕਿਸਾਨਾਂ ਦੀ ਜੋ ਮਜ਼ਦੂਰਾਂ ਦੇ ਕਿਤੇ ਦੀ ਜੋ ਤਬਾਹੀ ਹੋ ਰਹੀ ਹੈ, ਕਿਰਤੀਆਂ ਕਾਮਿਆਂ ਦੇ ਕਿਤੇ ਦੀ ਤਬਾਹੀ ਹੋ ਰਹੀ ਆ, ਉਸ ਨੂੰ ਲੈ ਕੇ ਉਹ ਚੱਲੇ ਹੋਏ ਸੀ ਤੇ ਹਰ ਮੋਰਚੇ 'ਚ ਵੱਧ ਚੜ੍ਹ ਕੇ ਉਹਨਾਂ ਨੇ ਹਿੱਸਾ ਲਿਆ ਤੇ ਹਰ ਵੇਲੇ ਉਹ ਤਿਆਰ ਰਹਿੰਦੇ ਸੀ। ਆਪਣੇ ਪਿੰਡ ਦੇ ਉਹ ਆਫਿਕਿਆਂ ਦੇ ਪ੍ਰਧਾਨ ਵੀ ਸਨ ਸਾਡੀ ਇਕਾਈ ਦੇ, ਉਹਨਾਂ ਦਾ ਸਾਰਾ ਹੀ ਪਰਿਵਾਰ ਵੀ ਜਿਹੜਾ ਵਾ ਉਹਦੇ ਵਿੱਚ ਲਗਾਤਾਰ, ਬੱਚੇ ਵੀ ਸਾਰੇ ਉਹਨਾਂ ਦੇ ਬ੍ਰਦਰ ਵੀ ਉਹ ਸਾਰੇ ਹੀ ਉਹਨਾਂ ਨਾਲ ਬਿਲਕੁਲ ਸਹਿਯੋਗ ਕਰਦੇ ਸੀ। ਅਸੀਂ ਪਰਿਵਾਰ ਨਾਲ ਮਿਲਦੇ ਰਹੇ, ਘਰ ਵੀ ਆਉਂਦੇ ਰਹੇ ਕਈ ਵਾਰ, ਤੇ ਬਿਲਕੁਲ ਉਹ ਪਰਿਵਾਰ ਦਾ ਜਿਹੜਾ ਇਤਫਾਕ ਜਿਹੜਾ ਦੱਸ ਕੇ ਗਏ ਹੋਣੇ ਮੇਰੇ ਭਾਈ ਸਾਹਿਬ,
ਬਹੁਤ ਵਧੀਆ ਇਤਫਾਕ ਸੀ ਜਿਹੜਾ ਇਸ ਟਾਈਮ ਤੇ ਜਿਸ ਤਰ੍ਹਾਂ ਦਾ ਪਦਾਰਥਵਾਦੀ ਹੋ ਗਿਆ, ਪੈਸੇ ਦੇ ਮਗਰ ਦੌੜ ਲੱਗੀ ਹੋਈ ਲੋਕਾਂ ਦੀ, ਜਿਸ ਤਰ੍ਹਾਂ ਟੁੱਟ ਭੱਜ ਹੋ ਰਹੀ ਹੈ ਰਿਸ਼ਤਿਆਂ ਦੇ ਵਿੱਚ, ਕਦਰਾਂ ਕੀਮਤਾਂ ਟੁੱਟ ਭੱਜ ਹੋ ਰਹੀ ਹੈ ਸਮਾਜ ਦੇ ਵਿੱਚ, ਜਿਹੜਾ ਕਿ ਬਹੁਤ ਹੀ ਇੱਕ ਇਹ ਵੇਲੇ ਸਮਾਜ ਦੇ ਵਿੱਚ ਇੱਕ ਜਿਹੜੇ ਆ ਮੁੜ ਮਾੜੇ ਪੱਗ ਵਾਪਰ ਰਹੇ ਆ, ਘਰ ਟੁੱਟ ਰਹੇ, ਉਹਦੇ ਵਿੱਚੋਂ ਇਹ ਪਰਿਵਾਰ ਇੱਕ ਬਿਲਕੁਲ ਇੱਕ ਮਿਸਾਲ ਜਿਹੜੀ ਆ ਸਾਡੇ ਸਾਹਮਣੇ ਆ। ਇਹ ਪਰਿਵਾਰ ਹੈ ਇਕੱਠਾ ਸੀ, ਇੰਨਾ ਪਿਆਰ ਭਾਈਆਂ ਦੇ ਵਿੱਚ ਮੈਂ ਬਹੁਤ ਘੱਟ ਵੇਖਿਆ, ਕਿਉਂਕਿ ਉਹ ਭਾਈ ਇੱਕ ਦੂਜੇ ਦੇ ਜਾਨ ਲੈਂਦੇ ਸੀਗੇ, ਮਤਲਬ ਬੱਚੇ ਵੀ ਤਾਂ ਹੋ ਗਏ, ਵਿਆਹ ਵੀ ਹੋ ਗਏ ਆ, ਪਰ ਫਿਰ ਵੀ ਉਹ ਪਰਿਵਾਰ ਇਕੱਠਾ ਵਾ। ਇਹ ਇਹਨਾਂ ਤੋਂ ਸਿੱਖਣ ਦੀ ਲੋੜ ਹੈ ਸਾਨੂੰ ਸਾਰੇ ਸਮਾਜ ਨੂੰ, ਸਾਡੇ ਸਾਰੇ ਆਪਣੇ ਦੋ ਪਰਮਾਤਮਾ ਦਾ ਪ੍ਰਾਣੀ ਆ, ਕਿ ਅਸੀਂ ਜਿਹੜਾ ਇਤਫਾਕ ਅਤੇ ਜਿਹੜਾ ਹੈਗਾ ਇਹ ਭਾਈ ਵਾਲੇ ਉਹਨੂੰ ਜ਼ਰੂਰ ਜਿਹੜਾ ਵਾ ਉਹਨੂੰ ਆਪਣੇ ਜਿਹੜੇ ਆ ਕੀਤਿਆਂ ਦੇ ਵਿੱਚ ਜਿਹੜਾ ਵਸਾਈਏ, ਇਹ ਇਹ ਪਰਿਵਾਰ ਤੋਂ ਸਾਈਂ ਸਿੱਖ ਸਕਦੇ ਹਾਂ। ਬਾਕੀ ਇਹੀ ਆ ਤੇ ਵੀਰੋ ਜਿਹੜੀ ਲੜਾਈ ਉਹ ਲੈ ਕੇ ਤੁਰੇ ਹੋਏ ਸੀ ਸਰਦਾਰ ਬਲਕਾਰ ਸਿੰਘ ਹੋਣੀ, ਸੱਚ ਦੀ ਲੜਾਈ, ਜ਼ੁਲਮ ਦੇ ਖਿਲਾਫ਼ ਲੜਾਈ, ਜੋ ਭੇਟਾ 'ਚ ਫੈਲਿਆ ਸਮਾਜ ਦੇ ਵਿੱਚ ਉਹਦੇ ਖਿਲਾਫ਼ ਲੜਾਈ, ਜਿਹੜੀਆਂ ਨੀਤੀਆਂ ਵਾ ਅੱਜ ਕਿਸਾਨੀ ਜਿੱਤਾਂ ਤਬਾਹ ਕਰਨ ਵਾਲੀਆਂ, ਜਿਸ ਤਰ੍ਹਾਂ ਬਹੁਤ ਵੱਡਾ ਹਮਲਾ ਜਿਹੜਾ ਕਿਸਾਨੀ ਦੇ ਉੱਤੇ, ਸਮਾਜ ਦੇ ਉੱਤੇ, ਇੱਥੋਂ ਦੇ ਪ੍ਰਬੰਧ ਵੱਲੋਂ ਜੋ ਵੀ ਵੋਟਾਂ ਵਾਲਾ ਪ੍ਰਬੰਧ ਆ ਉਹਦੇ ਨੂੰ ਹੋਇਆ ਹੋਇਆ ਵਾ, ਜਿਸ ਤਰ੍ਹਾਂ ਜਿਹੜੀ ਇਸ ਵੇਲੇ ਤੁਹਾਡੀ ਜ਼ਮੀਨ ਆ ਜਿਹੜਾ ਉਹਨੂੰ ਖੋਣ ਦੀ ਤਿਆਰੀ ਕੀਤੀ ਹੋਈ ਆ ਵੱਡੀਆਂ ਕੰਪਨੀਆਂ ਜਾਣ ਦੀ, ਉਹਨਾਂ ਨੇ ਪੂਰੀ ਪਲੈਨ ਬਣਾਈ ਹੋਈ ਆ ਕਾਰਪੋਰੇਟ ਘਰਾਣੇ ਦੀ ਖੇਤੀ, ਕਾਰਪੋਰੇਟ ਮਾਡਲ ਨੂੰ ਕਹਿ ਰਿਹਾ ਕਾਰਪੋਰੇਟ ਖੇਤੀ ਮਾਡਲ, ਉਹਦੇ ਜਿਹੜੀ ਆ ਮੋਦੀ ਹੁਣ ਕਹਿ ਰਿਹਾ ਜਿਹੜਾ ਪ੍ਰਧਾਨ ਮੰਤਰੀ ਦੇਖਦਾ ਡਬਲ ਕਰ ਦੇਣੀ ਆਮਦਨ ਕਿਸਾਨਾਂ ਦੀ, ਉਹ ਡਬਲ ਆਮਦਨ ਦਾ ਮਤਲਬ ਇਹੀ ਆ ਕਿ ਇਹਨਾਂ ਨੂੰ ਖੇਤੀ 'ਚੋਂ ਬਾਹਰ ਕਰ ਦਿਓ 10 ਕਿਲੇ ਤੋਂ ਘੱਟ ਵਾਲੇ ਕਿਸਾਨ ਨੂੰ, ਅਤੇ ਕਾਰਪੋਰੇਟ ਘਰਾਣਿਆਂ ਦੀ ਖੇਤੀ ਸ਼ੁਰੂ ਕਰ ਦਿਓ, ਉਹ ਖੇਤੀ ਕਰਨ ਉਹਨਾਂ ਦੇ ਵਿੱਚ ਜਿਹੜੀ ਆ ਕਿ ਠੇਕਾ ਲੈਣਾ ਆਪਣੀ ਜ਼ਮੀਨ ਦਾ 60-60 ਸਾਲ ਹੋ ਗਿਆ, 100-100 ਸਾਲ ਦੇ ਉਹਨਾਂ ਨੂੰ ਐਗਰੀਮੈਂਟ ਕੀਤੇ ਜਾਣ, ਅਤੇ 40% ਭਾਈਵਾਲੀ ਜਿਹੜੀ ਉਹ ਕੰਪਨੀਆਂ ਦੀ ਆਪਣੇ ਆਪ ਬਣ ਜਾਵੇ। ਇਹ ਤਜਵੀਜ਼ ਜਿਹੜੀ ਆ ਇੱਥੇ ਜਿਹੜੀ ਪੰਜਾਬ ਦੀ ਸਰਕਾਰ ਆ ਕੇਂਦਰ ਸਰਕਾਰ ਵੱਲੋਂ ਆਈ ਪਈ ਆ, ਉਹਨਾਂ ਨੇ ਕਿਹਾ ਪ੍ਰੋਜੈਕਟ ਬਣਾ ਕੇ ਕੱਲੋ ਤੁਹਾਡੀ ਕਣਕ ਝੋਨੇ ਜਿਹੜੀ ਖਰੀਦ ਬੰਦ ਹੋਣ ਦੀ ਜਿਹੜੀ ਆ ਉਹ ਵੀ ਡੈਡ ਲਾਈਨ 30 ਦਸੰਬਰ ਲੰਘ ਚੁੱਕੀ ਆ, ਐਦੋਂ ਗਾਂ ਜੇ ਇਹਨਾਂ ਖਰੀਦ ਕਰ ਲਈਆਂ ਤੁਸੀਂ WTO 'ਚ ਉਹਨਾਂ ਨੂੰ ਹਿੰਦੁਸਤਾਨ ਦੀ ਸਰਕਾਰ ਨੂੰ ਬਾਹਰ ਆਉਣਾ ਪਊ, ਕਿਉਂਕਿ ਉੱਥੇ ਅਮਰੀਕਾ ਨੇ ਕਹਿ ਦਿੱਤਾ ਤੁਸੀਂ ਐਤਕੀ 30 ਦਸੰਬਰ ਤੋਂ ਬਾਅਦ ਕਣਕ ਝੋਨੇ ਦੀ ਖਰੀਦ ਨਹੀਂ ਕਰ ਸਕਦੇ, ਕਿਉਂਕਿ ਮਨਮੋਹਨ ਸਿੰਘ 2012 ਦੇ ਵਿੱਚ ਇਹ ਮੰਨ ਕੇ ਆਇਆ ਸੀ ਕਿ 2017 'ਚ 30 ਦਸੰਬਰ ਤੱਕ ਖਰੀਦ ਬੰਦ ਕਰ ਦੇਣੀ। ਬਿਲਕੁਲ ਬਹੁਤ ਵੱਡਾ ਹਮਲਾ ਤੁਹਾਡੀ ਖੇਤੀ 'ਤੇ ਮੇਰੇ ਵੀਰੋ ਇਸ ਜ਼ਮੀਨ ਦੇ ਉੱਤੇ ਜਿਹੜਾ ਪੱਤੇ ਦੇ ਉੱਤੇ ਆ ਹੋਇਆ ਪਿਆ ਵਾ। ਬਾਕੀ ਆਹ ਤੁਹਾਡੇ ਸਾਰਾ ਜੋ ਟੁੱਕੀ ਤੁਹਾਡੇ ਨਾਲ ਵੱਜ ਰਹੀ ਹੈ ਜੋ ਵਾਜੇ ਤੋਂ ਮੁਕਰੇ ਪਏ ਆ, ਐਂ ਸਭ ਕਰਜ਼ਾ ਜਿਹੜਾ ਵਾ ਖੁਦਕੁਸ਼ੀ ਹੋ ਰਹੀਆਂ, ਸਾਨੀ ਕਿੱਤਾ ਪੂਰੀ ਤਰ੍ਹਾਂ ਬਰਬਾਦੀ ਦੇ ਕੰਢੇ 'ਤੇ ਆ। ਇਹ ਲੜਾਈ ਜਿਹੜੀ ਆ ਇਹ ਪਰਿਵਾਰ ਇਹ ਬਲਕਾਰ ਸੋਹਣੀ ਜਿਹੜੀ ਆ ਲੋਕਾਂ ਦੀ ਲੜ ਰਹੇ ਸੀ, ਉਸ ਲੜਾਈ ਨੂੰ ਲੜਨ ਵਾਸਤੇ ਮੈਂ ਇੱਕ ਹੀ ਉਹਨਾਂ ਦੇ ਅੱਜ ਸ਼ਰਧਾ ਜਿਹੜੇ ਫੁੱਲ ਪੇਟ ਕਰ ਰਿਹਾ, ਇਹੀ ਤੁਹਾਨੂੰ ਸਾਰਿਆਂ ਤੋਂ ਅਪੀਲ ਕਰੂੰਗਾ ਜੋ ਆਪਾਂ ਬੈਠੇ ਹੋਏ ਇੱਥੇ ਸੁਣ ਰਹੇ ਹਾਂ, ਸਾਡੀਆਂ ਮਾਈ ਮਾਤਾ ਬੈਠੀਆਂ ਹੋਈਆਂ, ਬੀਬੀਆਂ ਬੈਠੀਆਂ ਹੋਈਆਂ, ਕਿਸਾਨ ਬੈਠੇ ਹੋਏ ਆ, ਮਜ਼ਦੂਰ ਭਰਾ ਹੋਰ ਸਾਰੇ ਜੋ ਵੀ ਨੌਜਵਾਨ ਬੈਠੇ ਹੋਏ, ਜ਼ਰੂਰ ਹੀ ਇਸ ਜ਼ਬਰ ਦੇ ਜ਼ੁਲਮ ਦੇ ਖਿਲਾਫ ਜਿਹੜਾ ਵਾ ਆਪਣੇ ਪਰਿਵਾਰਾਂ ਨੂੰ ਜਥੇਬੰਦ ਕਰੋ, ਆਪਣੇ ਬੱਚਿਆਂ ਨੂੰ ਜਥੇਬੰਦ ਕਰੋ, ਆਪਣੀ ਜਿਹੜੀ ਆ ਘਰ ਆਈ ਆ ਉਹਨੂੰ ਜਥੇਬੰਦ ਕਰੋ, ਅਤੇ ਜਥੇਬੰਦ ਹੋ ਕੇ ਇਸ ਲਟੇਰੇ ਪ੍ਰਬੰਧ ਦੇ ਖਿਲਾਫ ਜੰਗ ਦੇ ਮੈਦਾਨ ਦੇ ਵਿੱਚ ਆਓ। ਉਹ ਗੁਰੂ ਸਾਹਿਬ ਨੇ ਸਾਨੂੰ ਇਹੀ ਦੇਸ਼ ਦਿੱਤਾ ਵਾ ਕਿ ਆਪਣੇ ਹੱਕ ਦੀ ਜਿਹੜੀ ਆ ਲੜਾਈ ਲੜਨ ਦਾ, ਆਪਣੇ ਹੱਕ ਦੀ
ਵਾਜ ਛੱਡਦਾ ਤਾਂ ਹੀ ਸਾਡੇ ਗੁਰੂ ਸਾਹਿਬ ਦੀਆਂ ਜਿਹੜੀਆਂ ਕੁਰਬਾਨੀਆਂ ਹੋਈਆਂ ਵਾ ਲੋਕਾਂ ਦੀ ਬਾਂਹ ਫੜਨ ਦੀ ਖਾਤਰ ਗੁਰੂ ਸਾਹਿਬ ਨੇ ਕਿਹਾ ਮੇਰਾ ਸਿੰਘ ਆਪਣੀ ਰਾਖੀ ਆਪ ਕਰੋ ਠੀਕ ਹੈ ਦੀ ਬਾਂਹ ਫੜੋ ਉਹਨਾਂ ਦੇ ਦੇਸ਼ਾਂ ਦੇ ਚੱਲਦੇ ਹੋਏ ਅਸੀਂ ਆਪ ਆਪਣੇ ਆਪ ਨੂੰ ਭਰੋਸਾ ਕਰਕੇ ਚੜ੍ਹਦੀ ਕਲਾ ਵਾਲੇ ਬਣ ਕੇ ਆਪਣੇ ਹੱਕ ਲੈਣ ਵਾਸਤੇ ਜਿਹੜੇ ਬਿਲਕੁਲ ਸਾਡੇ ਜਾਇਜ਼ ਹੱਕ ਆ ਫਸਲਾਂ ਦੇ ਭਾਵ ਆ ਡਾਕਟਰ ਸਾਹਿਬ ਨੇ ਕੀਤੀ ਰਿਪੋਰਟ ਲਾਗੂ ਨਹੀਂ ਜ਼ਮੀਨ ਬਚਾਉਣ ਦੀ ਗੱਲ ਆ ਕਰਜ਼ਿਆਂ ਦੇ ਲਕੀਰ ਮਰਾਉਣ ਦੀ ਗੱਲ ਆ ਜੋ ਕਾਰਪੋਰੇਟ ਘਰਾਣੇ ਦੇ ਕਰਜ਼ੇ ਲਕੀਰ ਵਾ ਸਕਦੇ ਤੁਹਾਡੇ ਕਰਜ਼ੇ ਦੇ ਲਕੀਰ ਵਾ ਸਕਦੀ ਹੈ ਸਾਡਾ ਮਿਲਣਾ ਦੇ ਇਸ ਕਰਕੇ ਮੇਰੇ ਵੀਰੋ ਉਹ ਲੜਾਈ ਜੋ ਵਿਕਾਸ ਹੋਣੀ ਜਿਹੜੀ ਚੋਰੀ ਛੱਡ ਕੇ ਗਏ ਆ ਉਹਦੇ ਲੜ ਉਹਨੂੰ ਪੂਰਾ ਕਰਨ ਵਾਸਤੇ ਆਪਾਂ ਇੱਥੋਂ ਇਹ ਵਚਨ ਲੈ ਕੇ ਜਾਈਏ ਅਤੇ ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਆਪਣੇ ਇਸ ਪ੍ਰਬੰਧ ਦੇ ਜਿਹੜਾ ਵੋਟਾਂ ਵਾਲਾ ਵਾ ਇਹਤੋਂ ਬਿਲਕੁਲ ਪਾਸੇ ਹਟ ਗਿਆ ਆਪਣਾ ਜਿਹੜਾ ਵਾ ਆਪਣਾ ਜਿਹੜਾ ਢਾਂਚਾ ਬਣਾ ਕੇ ਇਹ ਆਪਣੇ ਘਰ ਬਚਾਉਣ ਵਾਸਤੇ ਆਪਣੇ ਬੱਚੇ ਨਸ਼ਿਆਂ ਤੋਂ ਬਚਾਉਣ ਵਾਸਤੇ ਸਮਾਜ ਤੋਂ ਬਚਾਉਣ ਵਾਸਤੇ ਆਪਣੇ ਜਿਹੜਾ ਹੋਰ ਜਿਹੜੇ ਜਿਹੜੇ ਦੋਸ਼ ਆ ਉਹਨਾਂ ਤੋਂ ਬਚਾਉਣ ਵਾਸਤੇ ਜਿਹੜੇ ਕਰਮ ਕਾਂਡ ਆ ਜੋ ਵਹਿਮ ਭਰਮ ਆ ਸਮਾਜ ਦੇ ਵਿੱਚ ਫੈਲੇ ਹੋਏ ਆ ਉਹਨਾਂ ਤੋਂ ਬਚਣ ਵਾਸਤੇ ਆਪਣੇ ਵਿਆਹ ਸ਼ਾਦੀਆਂ ਸਾਰੇ ਢੰਗਰਾਂ ਕਰਨ ਵਾਸਤੇ ਅਤੇ ਆਪਣੇ ਸਮਾਜ ਨੂੰ ਆਪਣੇ ਦੇਸ਼ ਨੂੰ ਆਪਣੇ ਪੰਜਾਬ ਨੂੰ ਬਹੁਤ ਸੋਹਣਾ ਬਣਾਉਣ ਵਾਸਤੇ ਅਤੇ ਆਪਣਾ ਜਿਹੜਾ ਵਾ ਆਪਣੇ ਪਰਿਵਾਰ ਜਿਹੜੇ ਆ ਉਹਨਾਂ ਨੂੰ ਚੰਗੀ ਸੇਧ ਦੇਣ ਵਾਸਤੇ ਜਿਹੜੇ ਆ ਜਥੇਬੰਦ ਹੋ ਕੇ ਅਤੇ ਆਪਣਾ ਜਿਹੜਾ ਫਰਜ਼ ਪਛਾਣੀਏ ਅਤੇ ਆਪਣੇ ਗੁਰੂਆਂ ਨਾਲ ਆਪਣੇ ਦੇਸ਼ ਭਗਤਾਂ ਨਾਲ ਉਹਨਾਂ ਦੀ ਸੋਚ ਦੇ ਨਾਲ ਸਹੀ ਬਹਿਣ 'ਤੇ ਅਸੀਂ ਜੁੜੀਏ ਇਹੀ ਜਿਹੜੀ ਆ ਸਰਦਾਰ ਕਰਤਾਰ ਸਿੰਘ ਹੋਣਾ ਅੱਜ ਸੱਚੀ ਸ਼ਰਧਾਂਜਲੀ ਹੋਊਗੀ ਅਤੇ ਮੈਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਹੋਣ ਦੇ ਨਾਤੇ ਆਪਣੇ ਬਹੁਤ ਹੀ ਜੀਅ ਜਿਹੜਾ ਦੋਸਤ ਇਸ ਜਿਹੜਾ ਸਰਦਾਰ ਬਲਕਾਰ ਸਿੰਘ ਉਹਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਵੀ ਜੋ ਤੁਸੀਂ ਦੂਰਾ ਰਸਤਾ ਦੂਰਾ ਜਿਹੜਾ ਕਾਰਜ ਛੱਡ ਕੇ ਬਹਿ ਜਾਓ ਉਸ ਕਾਰਜ ਵਾਸਤੇ ਅਸੀਂ ਆਪਣੀਆਂ ਜਿਹੜੀਆਂ ਜ਼ਿੰਦਗੀ ਜਿਹੜੀ ਆਖਰੀ ਜਿਹੜੀ ਆ ਆਖਰੀ ਸਾਹ ਤੱਕ ਜੋ ਵੀ ਸਾਨੂੰ ਕੁਰਬਾਨੀ ਕਰਨੀ ਪਵੇ ਉਹ ਕਰ ਦਿਆਂਗੇ ਅਤੇ ਅਸੀਂ ਆਪਣੇ ਸਮਾਜ ਨੂੰ ਬਚਾਉਣ ਤੋਂ ਜੋ ਵੀ ਲੜਾਈ ਲੜਨ ਤੋਂ ਕਦੇ ਪਿੱਛੇ ਨਹੀਂ ਹਟਾਂਗੇ ਇਹੀ ਸਹੀ ਆ ਸਰਦਾਰ ਕਰਤਾਰ ਸਿੰਘ ਹੋਣਾ ਸੱਚੀ ਸ਼ਰਧਾ ਹੋਵੇਗੀ ਇੰਨੀਆਂ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਚਾਚਾ ਜੀ ਸਰਦਾਰ ਬਲਕਾਰ ਸਿੰਘ ਹੋਰਾਂ ਦੇ ਨਾਲ ਜਿੰਨਾ ਸਮਾਂ ਬਿਤਾਇਆ ਜਿਵੇਂ ਉਹਨਾਂ ਦਾ ਤਰੀਕਾ ਸੀ ਕੰਮ ਕਰਨ ਦਾ ਉਹ ਆਪਣੇ ਨਾਲ ਸਾਂਝਾ ਕੀਤਾ ਧੰਨਵਾਦ ਕਰਦੇ ਉਹਨਾਂ ਦਾ ਸੋ ਮੈਂ ਇਸ ਤੋਂ ਬਾਅਦ ਇਹੀ ਬੇਨਤੀ ਕਰੂੰਗਾ ਕਿ ਜਿਸ ਤਰੀਕੇ ਦੇ ਨਾਲ ਸਰਦਾਰ ਬਲਕਾਰ ਸਿੰਘ ਅਤੇ ਸਰਦਾਰ ਪ੍ਰਤਾਪ ਸਿੰਘ ਨੇ ਹੁਣ ਤੱਕ ਆਪਦੇ ਪਰਿਵਾਰ ਨੂੰ ਸਾਂਭਿਆ ਮੈਂ ਆਸ ਕਰੂੰਗਾ ਸੋਨੇ ਹੋਣਾ ਤੋਂ ਗਿੰਦਰ ਹੋਣਾ ਤੋਂ ਅਤੇ ਗੁਲਬਾਗ ਤੋਂ ਕਿ ਤੁਸੀਂ ਵੀ ਇਸੇ ਤਰ੍ਹਾਂ ਆਪਣੇ ਪਰਿਵਾਰ ਦੇ ਵਿੱਚ ਏਕਤਾ ਅਤੇ ਇਤਫਾਕ ਬਣਾ ਕੇ ਰੱਖਣਾ ਤਾਂ ਜੋ ਅਸੀਂ ਆਪਦੇ ਪਿਓ ਦੀਆਂ ਪੱਗਾਂ ਨੂੰ ਹੋਰ ਵੀ ਉੱਚੀਆਂ ਜਿਹੜੀਆਂ ਉਹ ਕਰ ਸਕੀਏ ਤੋ ਮੈਂ ਆਸ ਕਰਦਾ ਕਿ ਜਿਹੜੀ ਸੰਗਤ ਆਈ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਅਤੇ ਬਾਬਾ ਜੀ ਨੂੰ ਬੇਨਤੀ ਕਰਦਾ ਕਿ ਪ੍ਰਸ਼ਾਦ ਜਿਹੜਾ ਵਰਤਾ ਜਾਵੇ ਉਸ ਤੋਂ ਬਾਅਦ ਸੰਗਤ ਜਿਹੜੀ ਹੈ ਉਹ ਪ੍ਰਸ਼ਾਦਾ ਜਿਹਨਾਂ ਨੇ ਛਕ ਲਿਆ ਜਿਹੜੀ ਸੰਗਤ ਹਜੇ ਰਹਿ ਗਈ ਹੈ ਉਹ ਪ੍ਰਸ਼ਾਦਾ ਜ਼ਰੂਰ ਛਕ ਕੇ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ 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 ਸਤਨਾਮ ਵਾ
ਮਹਾਰਾਜ ਆਪ ਜੀ ਦੀ ਹਜ਼ੂਰੀ ਦੇ ਵਿੱਚ ਹੋਈਆਂ ਭੁੱਲਾਂ ਦੀ ਖਿਮਾ ਆਪ ਜੀ
ਬਖਸ਼ਿਓ ਦੇ ਵਾਸਤੇ ਸਮਰਥ ਬਖਸ਼ਿਸ਼ ਕਰਕੇ ਆਪ ਜੀਆਂ ਦਾ ਅਦਮਾਨ ਸਤਿਕਾਰ ਕਰਨ ਦਾ ਹੁਕਮ ਬਖਸ਼ਣਾ ਮਹਾਰਾਜ। ਕਿਰਪਾ ਕਰੋ ਸਹੀ ਗੁਰਮੁਖ ਮਿਲਣੇ ਜਿਨ੍ਹਾਂ ਮੇਰੇ ਆਪ ਜੀ ਦਾ ਨਾਮ ਚਿੱਤ ਆਵੇ। ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਤਨਾਮ ਹੋ ਜਾਓ ਨਾ।
ਟੀਵੀ ਚੋਣੀਆਂ ਆ ਟੀਵੀ ਚੋਣੀਆਂ